ਜਸ ਪੰਜਾਬੀ ਦੇਖਣ ਵਾਲੇ ਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ ਅੱਜ ਦਾ ਖਾਸ ਪ੍ਰੋਗਰਾਮ ਲੈ ਕੇ ਇਹ ਪ੍ਰੋਗਰਾਮ ਕੰਪਸ ਫੰਡਿੰਗ ਸੋਲੂਸ਼ਨ ਵੱਲੋਂ ਤੁਹਾਡੇ ਰੂਬਰੂ ਕਰਦੇ ਆਂ ਤੇ ਫੰਡਿੰਗ ਦੀ ਜਦੋਂ ਗੱਲ ਆਉਂਦੀ ਹੈ ਤੇ ਖਾਸ ਤੌਰ ਤੇ ਸਾਡੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹ ਬਹੁਤ ਵੱਡੇ ਪੱਧਰ ਤੇ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੀ ਹੋਈ ਹੈ ਤੇ ਟਰੱਕਿੰਗ ਇੰਡਸਟਰੀ ਦੇ ਨਾਲ ਬਹੁਤ ਸਾਰੇ ਕੰਮ ਜਿਹੜੇ ਇੱਕੋ ਸ਼ਕਤਲੇ ਹੁੰਦੇ ਆ ਉਹ ਕੰਪਸ ਫੰਡਿੰਗ ਸੋਲੂਸ਼ਨ ਕੰਪਨੀ ਜਿਹੜੀ ਹੈ ਉਹ ਕਰਦੀ ਕੰਪਸ ਦੇ ਵੱਲੋਂ ਸਾਡੇ ਨਾਲ ਅਕਸਰ ਜੁੜਦੇ ਨੇ ਸਰਦਾਰ ਦਵਿੰਦਰ ਸਿੰਘ ਜੀ ਕਈ ਵਾਰੀ ਉਹ ਸਕਾਈਪ ਤੇ ਹੁੰਦੇ ਨੇ ਆਪਣੇ ਇਲੀਨੋਇਸ ਆਫਿਸ ਤੋਂ ਤੇ ਕਈ ਵਾਰੀ ਸਾਡੇ ਸਟੂਡੀਓ ਚ ਆਉਂਦੇ ਨੇ ਚਲੋ ਸਾਡੇ ਹੁਣ ਚੰਗੀ ਗੱਲ ਇਹ ਆ ਸਾਡੇ ਵਾਸਤੇ ਕਿ ਅੱਜ ਉਹ ਸਾਡੇ ਸਟੂਡੀਓ ਦੇ ਵਿੱਚ ਕੈਲੀਫੋਰਨੀਆ ਪਹੁੰਚੇ ਹੋਏ ਨੇ ਤੇ ਅੱਜ ਇਥੋਂ ਸਾਨੂੰ ਜਾਣਕਾਰੀ ਜਿਹੜੀ ਉਹ ਦੇਣਗੇ ਪਹਿਲਾਂ ਸਵਾਗਤ ਕਰਦੇ ਆਂ ਤੇ ਫਿਰ ਕਰਦੇ ਆਂ ਅਗਲੀ ਗੱਲ ਦਵਿੰਦਰ ਸਿੰਘ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਹੋਰ ਸੁਣਾਓ ਠੀਕ ਹੈ ਜੀ ਬਸ ਚੜ੍ਹਦੀ ਕਲਾ ਚੱਲਦਾ ਪਿਆ ਵੇ ਕੰਮ ਵੀ ਚੱਲਦਾ ਪਿਆ ਵੇ ਹੁਣ ਮੌਸਮ ਵੀ ਹੁਣ ਖੁੱਲ ਗਿਆ ਹੈ ਪਹਿਲਾਂ ਤਾਂ ਜੀ ਕੈਲੀਫੋਰਨੀਆ ਤੁਹਾਡਾ ਸਵਾਗਤ ਕੈਲੀਫੋਰਨੀਆ ਜਦੋਂ ਵੀ ਤੁਸੀਂ ਆਉਂਦੇ ਹੋ ਫਿਰ ਸਟੂਡੀਓ ਦੇ ਵਿੱਚ ਸਾਡੇ ਕੋਲ ਆਉਂਦੇ ਹੋ ਬਹੁਤ ਮਿਹਰਬਾਨੀ ਥੈਂਕ ਯੂ ਤੁਹਾਡਾ ਤੇ ਹੁਣ ਕੰਮਕਾਰ ਅੱਗੇ ਨੂੰ ਫਰਕ ਪੈ ਗਿਆ ਜੀ ਕੋਈ ਕਾਫੀ ਹਾਂ ਜੀ ਹਾਂ ਜੀ ਹੁਣ ਤੇ ਯੂ نو ਸਾਡੇ ਜਿਹੜੇ ਹੈਗੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਕੰਪਸ ਹੈ ਕੀ ਹੈ ਕਿ ਅਸੀਂ ਹੈਗੇ ਆ ਉਹਨਾਂ ਦੇ ਲਈ ਇੱਥੇ ਸੋ ਹੁਣ ਹੌਲੀ 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 ਉਹ ਆ ਰਹੇ ਨੇ ਸਵਾਲ ਪੁੱਛਣ ਲਈ ਸਾਨੂੰ ਜੀ ਹਾਂ ਕਿਉਂਕਿ ਜਿਹੜੀ ਕੰਪਸ ਦੀ ਜਿਹੜਾ ਕੰਮ ਨਹੀਂ ਸਰਵਿਸ ਕੰਪਨੀ ਦੀ ਇਹ ਕੰਪਸ ਦੀ ਹੈਗੀ ਆ ਸਾਡੇ ਪੰਜਾਬੀ ਉਸ ਗੱਲ ਤੋਂ ਜਿਆਦਾ ਅਵੇਅਰ ਨਹੀਂ ਸੀਗੇ ਪਹਿਲਾਂ ਜੀ ਹੁਣ ਅਸੀਂ ਜਿੱਥੇ ਵੀ ਜਾਈਦੇ ਉਹ ਗੱਲ ਕਰੀਦੀ ਆ ਫਿਰ ਇਹ ਸਾਰੀ ਸਾਰੀ ਫੰਡਿੰਗ ਦੀ ਗੱਲ ਫੈਕਟਰੀਂਗ ਦੀ ਗੱਲ ਲੋਕ ਕਰਦੇ ਨੇ ਜਿਵੇਂ ਅਸੀਂ ਪਹਿਲਾਂ ਤੁਹਾਡੇ ਉੱਥੇ ਵੀ ਗਏ ਸੀ ਮਿਡ-वेस्ट ਦੇ ਵਿੱਚ ਵੀ ਲੋਕ ਕਰਦੇ ਨੇ ਫੈਕਟਰੀਂਗ ਦੀ ਔਰ ਕਰਵਾਉਣਾ ਚਾਹੁੰਦੇ ਨੇ ਸੋ ਮੈਂ ਇਹ ਚਾਹੁੰਦਾ ਜੀ ਸਾਡੇ ਦਰਸ਼ਕਾਂ ਵਾਸਤੇ ਅਸੀਂ ਕੰਪਸ ਤੋਂ ਗੱਲ ਸ਼ੁਰੂ ਕਰਦੇ ਆ ਕੰਪਸ ਕੰਪਨੀ ਕੀ ਹੈ ਤੇ ਇਹਦੀਆਂ ਕੀ ਕੀ ਸਰਵਿਸਿਜ਼ ਹੈਗੀਆਂ ਜੀ ਫਿਰ ਅਸੀਂ ਸਰਵਿਸ ਵਾਈਜ਼ ਗੱਲ ਕਰਾਂਗੇ ਹਾਂਜੀ ਕੰਪਸ ਜੋ ਹੈ ਉਹ ਅਸੀਂ ਕਿਹਨ ਦੀ ਆ ਵਨ ਸਟਾਪ ਸੋਲੂਸ਼ਨ ਟਰੱਕਿੰਗ ਦੇ ਲਈ ਜੀ ਜਿਹਦੇ ਵਿੱਚ ਸਾਡੇ ਕੋਲ ਫਾਈਨਾਂਸਿੰਗ ਵੀ ਹੈ ਫੈਕਟਰੀਂਗ ਵੀ ਹੈ ਫਿਊਲ ਕਾਰਡ ਸਰਵਿਸਿਜ਼ ਵੀ ਨੇ ਟਰੱਕ ਡਿਸਪੈਚਿੰਗ ਦਾ ਵੀ ਹੈਗਾ ਵੇ ਟਰੱਕ ਰੈਂਟਲ ਲੀਜ਼ ਟ੍ਰੇਲਰ ਲੀਜ਼ ਸਾਰਾ ਜੋ ਵੀ ਤੁਹਾਨੂੰ ਚਾਹੀਦਾ ਏ ਟੂ ਜ਼ੀ ਲੈ ਕੇ ਨਾ ਟਰੱਕਿੰਗ ਦੇ ਵਿੱਚ ਉਹ ਸਾਡੇ ਕੋਲ ਹੈ ਜੀ ਤੇ ਸ਼ੁਰੂਆਤ ਫਿਰ ਕਿੱਥੋਂ ਕਰੀਏ ਜੀ ਫੈਕਟਰੀਂਗ ਤੋਂ ਕਰੀਏ ਜਾਂ ਤੁਸੀਂ ਤੁਹਾਡਾ ਟਰੈਲਰ ਟਰੱਕ ਟਰੈਲਰ ਦਾ ਕੰਮ ਬਹੁਤ ਵੱਡਾ ਅਸੀਂ ਦੇਖ ਕੇ ਆਏ ਉੱਥੇ ਹਾਂਜੀ ਤੁਸੀਂ ਗਏ ਸੀਗੇ ਹਾਂਜੀ ਤੇ ਉਥੋਂ ਗੱਲ ਅਸੀਂ ਫੈਕਟਰੀਂਗ ਤੋਂ ਸ਼ੁਰੂ ਕਰਨੀ ਜੀ ਗੱਲ ਚਲੋ ਠੀਕ ਹੈ ਫੈਕਟਰੀਂਗ ਕੀ ਹੈ ਜੀ ਇਹ ਫੈਕਟਰੀਂਗ ਜਿਹੜੀ ਹੈ ਇਹ ਇੱਕ ਤਾਂ ਪਹਿਲੀ ਗੱਲ ਤਾਂ ਇਹ ਹੀ ਅਜੇ ਸਾਡੇ ਬਹੁਤ ਸਾਰੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਫੈਕਟਰੀਂਗ ਹੈ ਕੀ ਚੀਜ਼ ਹੈ ਹਾਂਜੀ ਫੈਕਟਰੀਂਗ ਜੋ ਹੈ ਉਹ ਅਸੀਂ ਕਹਿੰਦੇ ਆ ਕੈਸ਼ ਫਲੋ ਜੀ ਹਰ ਕੋਈ ਬਿਜ਼ਨਸ ਨੂੰ ਸਕਸੈਸਫੁਲ ਹੋਣ ਦੇ ਵਿੱਚ ਸਾਨੂੰ ਕੈਸ਼ ਫਲੋ ਚਾਹੀਦਾ ਚਾਹੀਦਾ ਹੈ ਹੈਨਾ ਜੇ ਤੁਸੀਂ ਹੁਣ ਇੱਕ ਲੋਡ ਚੁੱਕੋ ਚੁੱਕ ਕੇ ਤੁਸੀਂ ਡ੍ਰੌਪ ਕਰਕੇ ਤੁਹਾਨੂੰ ਇਨਵੋਇਸ ਮਿਲ ਗਈ ਤੁਹਾਨੂੰ ਤੇ 30 ਦਿਨ ਤੋਂ ਲੈ ਕੇ 90 ਦਿਨ ਤੱਕ ਵੇਟ ਕਰਨੇ ਪੈਗੇ ਆਪਣੇ ਪੈਸੇ ਲੈਣੇ ਇਹ ਮਤਲਬ ਅਲੱਗ-ਅਲੱਗ ਕੰਪਨੀ ਦਾ ਅਲੱਗ-ਅਲੱਗ ਸਿਸਟਮ ਹੁੰਦਾ ਕਿ ਤੁਹਾਡੇ ਪੈਸੇ ਥੱਲੇ ਰੱਖਦੇ ਨੇ ਹਾਂਜੀ ਤੇ ਬਾਅਦ ਦਿੰਦੇ ਆ ਉਹ ਗੱਲ ਹੈ ਵੇ ਵੀਰ ਜੀ ਕਿ ਦੇਖੋ ਜਦੋਂ ਤੁਸੀਂ ਡ੍ਰੌਪ ਆਫ ਕਰਦੇ ਹੋ ਨਾ ਲੋਡ ਉਹ ਲੋਡ ਦੀ ਚੈਕਿੰਗ ਵੀ ਹੋਣੀ ਹੁੰਦੀ ਹੈ ਕਿ ਸਾਰਾ ਸਮਾਨ ਇੱਥੇ ਹੈਗਾ ਕਿ ਨਹੀਂ ਕੁਝ ਡਿਫੈਕਟਿਵ ਹੈ ਕੁਝ ਟੁੱਟਿਆ ਹੋਵੇ ਰਸਤੇ ਦੇ ਵਿੱਚ ਹੈ ਨਹੀਂ ਸੋ ਉਹ ਜਿਹੜਾ ਹੈਗਾ ਉਹ ਟਾਈਮ ਲੱਗ ਜਾਂਦਾ ਵੇ ਤੇ ਬ੍ਰੋਕਰ ਉਦੋਂ ਹੀ ਪੇ ਕਰਦਾ ਕਿ ਜਦੋਂ ਰੀਸੀਵਰ ਹੈਗਾ ਵੇ ਉਹ ਕਹਿ ਦਿੰਦਾ ਹਾਂਜੀ ਸਭ ਕੁਝ ਠੀਕ ਹੈ ਠੀਕ ਹੈ ਬਿਲਕੁਲ ਚੈੱਕ ਕਰਕੇ ਜਦ ਸਮਾਨ ਵਗੈਰਾ ਹੁਣ ਸਾਡੇ ਕੋਲ ਇਨਾ ਟਾਈਮ ਨਹੀਂ ਹੈਗਾ ਜੀ ਟਰੱਕ ਦੀ ਕਿਸ਼ਤ ਦੇਣੀ ਪੈਂਦੀ ਹੈ ਇਨਸ਼ੋਰੈਂਸ ਦੇਣਾ ਪੈਂਦਾ ਵੇ ਰਾਈਟ ਹੋਰ ਵੀ ਬੜੇ ਖਰਚੇ ਆ ਜਾਂਦੇ ਨੇ ਸੋ ਫੈਕਟਰੀਂਗ ਜੋ ਹੈ ਉਹ ਕੈਸ਼ ਫਲੋ ਹੈ ਤੁਸੀਂ ਸਾਨੂੰ ਇਨਵੋਇਸ ਦੇ ਦਿਓ ਅਸੀਂ ਤੁਹਾਨੂੰ ਇੱਕ ਜਾਂ ਦੋ ਦਿਨ ਦੇ ਵਿੱਚ ਉਹ ਪੈਸੇ ਦੇ ਦਾਂਗੇ ਮਾਈਨਸ ਯੂ نو ਥੋੜਾ ਜਿਹਾ ਹੈਗਾ ਵੇ ਜਿਹੜਾ 2% 3% ਜੋ ਵੀ ਹੈਗਾ ਵੇ ਰਾਈਟ ਤੇ ਤੁਹਾਡੇ ਪਾਸੇ ਮਿਲ ਗਏ ਫਿਰ ਅਸੀਂ ਵੇਟ ਕਰਦੇ ਆ ਉਹ ਫਿਰ ਸਾਡੇ ਉੱਤੇ ਆ ਜਾਂਦਾ ਹੈ ਟੈਬ ਅਸੀਂ ਫਿਰ ਜਿਹੜਾ ਮੀਨਾ 2 ਮਹੀਨੇ 3 ਮਹੀਨੇ ਹੋਏ ਕਦੇ-ਕਦੇ 4 ਮਹੀਨੇ ਵੀ ਲੱਗ ਜਾਂਦੇ ਨੇ ਉਹਦਾ ਕੋਈ ਗੱਲ ਨਹੀਂ ਤੁਹਾਡਾ ਕੰਮ ਚੱਲਦਾ ਪਿਆ ਹੋਵੇ ਅਸੀਂ ਕਲੈਕਟ ਕਰ ਲਾਗੇ ਦੂਜੇ ਪਾਸੋਂ ਕਿ ਕਿਸੇ ਨੇ ਤੁਹਾਡੇ ਨਾਲ انرੋਲ ਹੋਣਾ ਹੈ ਫੈਕਟਰੀਂਗ ਵਾਸਤੇ ਤਾਂ ਉਹਦਾ ਕੀ ਪ੍ਰੋਸੀਜਰ ਹੈਗਾ ਜੀ ਟੈਲੀਫੋਨ ਨੰਬਰ ਸਕਰੀਨ ਤੇ ਆ ਰਿਹਾ ਤੁਹਾਡਾ ਅਕਸਰ ਆਉਂਦਾ ਨਾਲ ਸਕਰੋਲ ਵੀ ਚੱਲਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਲੋਡ ਹੈਗੀ ਹੈ ਤੇ ਉਹ ਵੀ ਸਾਡੇ ਦਰਸ਼ਕ ਦੇਖਦੇ ਨੇ ਹਾਂਜੀ ਸੋ ਉਹਦਾ ਕੀ ਪ੍ਰੋਸੀਜਰ ਹੈਗਾ ਜੀ ਜੇ ਕਿਸੇ ਨੇ ਤੁਹਾਡੇ ਨਾਲ ਸੰਪਰਕ ਕਰਨਾ ਬੋਥ ਸਿੰਪਲ ਪ੍ਰੋਸੀਜਰ ਹੈ ਤੁਸੀਂ ਉਹ ਨੰਬਰ ਨੂੰ ਕਾਲ ਕਰੋ ਜਾਂ ਤੇ ਉਹ ਮੇਰੇ ਡਾਇਰੈਕਟ ਸੈੱਲ ਫੋਨ ਤੇ ਉੱਤੇ ਆ ਜਾਏਗਾ ਤੇ ਜਾਂ ਇੱਕ ਗੁਰਪ੍ਰੀਤ ਜਾਂ ਪ੍ਰਿਤਪਾਲ ਸਾਡੇ ਕਈ ਹੈਗੇ ਨੇ ਜਿਹੜੇ ਪੰਜਾਬੀ ਬੋਲਦੇ ਨੇ ਸੋ ਤੁਸੀਂ ਡਾਇਰੈਕਟ ਕਾਲ ਕਰੋਗੇ ਨੰਬਰ 3 ਦਬਾਓਗੇ ਤੇ ਉਹ ਸਾਡੇ ਕੋਲ ਡਾਇਰੈਕਟਲੀ ਆ ਜਾਏਗਾ ਜੀ ਕਾਲ ਕਰੋ ਐਮਸੀ ਨੰਬਰ ਦਿਓ ਅਸੀਂ ਤੁਸੀਂ ਥੋੜੀ ਜੀ ਗੱਲ ਹੋਏਗੀ ਕਿ ਤੁਹਾਡੇ ਕੋਲ ਕਿੰਨੇ ਟਰੱਕ ਨੇ ਤੁਸੀਂ ਕਿੰਨੇ ਕਿੰਨੇ ਸਾਲ ਚਲਾ ਰਹੇ ਹੋ ਤੇ ਅਸੀਂ ਫਿਰ ਤੁਹਾਨੂੰ ਇੱਕ ਐਪਲੀਕੇਸ਼ਨ ਭੇਜਤਾਗੇ ਉਹ ਭਰ ਕੇ we do our due diligence ਜਿਹਨੂੰ ਕਹਿੰਦੇ ਨੇ ਅੰਡਰਰਾਈਟਿੰਗ ਦੇ थ्रू ਤੇ ਫਸ ਬਸ ਉਹ ਫਿਰ ਥੋੜੇ ਜਿਹਾ ਪੇਪਰ ਵਰਕ ਹੈਗੇ ਨੇ ਜਿਹੜੇ ਤੁਸੀਂ ਭੇਜਨੇ ਪੈਣੇ ਨੇ ਆਪਣਾ ਡਰਾਈਵਰਸ ਲਾਇਸੈਂਸ ਆਰਟੀਕਲਸ ਆਫ ਇਨਕੋਰਪੋਰੇਸ਼ਨ ਜਿਹੜੇ ਸਟੈਂਡਰਡ ਭੇਜਨੇ ਹੁੰਦੇ ਨੇ ਤੇ ਅਸੀਂ 2 ਦਿਨਾਂ ਚ ਤੁਹਾਨੂੰ ਸੈੱਟ ਕਰ ਦਾਂਗੇ ਜੀ ਤੇ ਇਹਦੇ ਚ ਪਤਾ ਲੱਗਦਾ ਜੀ ਵੀ ਬੰਦਾ एलिਜੀਬਲ ਹੈ ਜਾਂ ਕਿਤੇ ਐਸਾ ਵੀ ਕੇਸ ਹੁੰਦਾ ਕਿ ਤੁਹਾਡੀ ਕੰਪਨੀ ਕਹਿੰਦੀ ਵੀ ਨਹੀਂ ਤੁਹਾਡਾ ਇਹ ਨਹੀਂ ਹੋ ਸਕਦੀ ਫੈਕਟਰੀਂਗ ਯਾ ਇਹ ਨੌਬਤ ਨਹੀਂ ਆਉਂਦੀ ਇਹ ਆਉਂਦੀ ਆ ਤੇ ਕਿਹਨਾ ਕਾਰਨਾ ਕਰਕੇ ਆਉਂਦੀ ਆ ਹਾਂਜੀ ਜੀ ਕਈ ਚੀਜ਼ਾਂ ਹੈਗੀਆਂ ਨੇ ਜੋ ਸਾਨੂੰ ਰੋਕ ਸਕਦੇ ਆ ਨੇ ਤੁਹਾਨੂੰ ਫੰਡ ਕਰਨ ਦੇ ਵਿੱਚ ਇੱਕ ਤੇ ਹੈਗਾ ਵੇ ਹੁਣ ਲੱਕਲੀ ਸਾਡੇ ਪੰਜਾਬੀਆਂ ਚ ਐ ਨਹੀਂ ਮਿਲਿਆ ਪਰ ਇੱਕ ਹੁੰਦਾ ਵੇ ਕ੍ਰਿਮੀਨਲ ਬੈਕਗ੍ਰਾਉਂਡ ਰੈਕਟ ਜੀ ਹੈਨਾ ਹੁਣ ਅਸੀਂ ਕਈਆ ਦਾ ਚੈੱਕ ਕੀਤਾ ਹੋਇਆ ਤੇ ਚੰਗੀ ਗੱਲ ਹੈ ਵੇ ਕਿ ਕੋਈ ਪੰਜਾਬੀ ਨਹੀਂ ਸੀਗਾ ਰਾਈਟ ਜਿਨ੍ਹਾਂ ਨੇ ਕੋਈ ਮਰਡਰ ਕੀਤਾ ਹੋਇਆ ਜਾਂ ਕੁਝ ਕੀਤਾ ਹੋਇਆ ਚਾਈਲਡ ਅਬਡਕਸ਼ਨ ਹੋਇਆ ਅਸੀਂ ਉਹਨਾਂ ਦੇ ਨਾਲ ਕੰਮ ਨਹੀਂ ਕਰਦੇ ਰਾਈਟ ਕਿਉਂਕਿ ਇੱਕ ਤੇ ਕੈਰੈਕਟਰ ਚੰਗਾ ਹੋਣਾ ਚਾਹੀਦਾ ਰਾਈਟ ਕਿਉਂਕਿ ਇਟ ਇਟਸ ਇਟਸ ਅ ਬੈਂਕ ਆਹ ਟ੍ਰਾਂਜੈਕਸ਼ਨ ਜੀ ਰਾਈਟ ਤੇ ਜਿਹੜੇ ਸਾਡੇ ਪੰਜਾਬੀਆਂ ਨੂੰ ਮੋਸਟਲੀ ਦਿੱਕਤ ਆਂਦੀ ਹੈ ਉਹ ਹੈਗੀ ਕਿ ਚਲੋ ਸਾਨੂੰ EIN ਨੰਬਰ ਨਹੀਂ ਮਿਲਿਆ ਜਾਂ ਅਸੀਂ ਯੂ نو EIN ਦੀ ਜਿਹੜੀ ਫਾਈਲਸ ਉਹ ਗਵਾਚ ਗਈ ਸੋ ਇਹ ਛੋਟੀਆਂ ਚੀਜ਼ਾਂ ਹੁੰਦੀਆਂ ਜਾਂਦੀਆਂ ਨੇ ਸੋ IRS ਨੂੰ ਕਾਲ ਕਰਕੇ ਅਸੀਂ ਕਹਿੰਦੇ ਆ ਜਾਂ AOI ਨਹੀਂ ਮਿਲਿਆ ਜਾਂ ਅਸੀਂ ਕਿਤੇ ਹੋਰ ਅਪਲਾਈ ਕੀਤਾ ਤੇ ਉਹ ਕੰਪਨੀ ਨੇ ਉਹਨਾਂ ਦੇ ਉੱਤੇ ਲੀਨ ਪਾ ਦਿੱਤਾ ਜੀ ਇਹ ਵੀ ਹੁੰਦਾ ਵੇ ਅੱਛਾ ਫਿਰ ਥੋੜਾ ਜਿਹਾ ਉਹ ਥੋੜਾ ਚੱਕਰ ਚੱਲ ਜਾਂਦਾ ਵੇ ਕਿ ਪਹਿਲੇ ਉਹਨਾਂ ਨੂੰ ਕਾਲ ਕਰਨਾ ਪੈਂਦਾ ਵੇ ਉਹ ਯੂਸੀਸੀ ਰਿਮੂਵ ਕਰਨਾ ਪੈਂਦਾ ਹੈ ਸੋ ਕੋਈ ਗੱਲ ਨਹੀਂ ਉਹਦੀ ਵੀ ਅਸੀਂ ਹੈਲਪ ਕਰ ਦਿੰਦੇ ਆ ਸੋ ਪਰ ਛੋਟੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਅੱਛਾ ਹੋ ਜਾਂਦੀ ਹੈ ਪਰ ਹਰ ਚੀਜ਼ ਦਾ ਹੱਲ ਹੈਗਾ ਹੱਲ ਹੈਗਾ ਵੇ ਚਲੋ ਇਹ ਬੜੀ ਚੰਗੀ ਗੱਲ ਆ ਜੀ ਕੈਂਪਸ ਦੀ ਕੈਂਪਸ ਹਰ ਜਗ੍ਹਾ ਅਸੀਂ ਦੇਖਦੇ ਆ ਹਰ ਜਗ੍ਹਾ ਲੋਕ ਨਾਮ ਜਾਣਦੇ ਨੇ ਤੇ ਇਹਦੇ ਤੋਂ ਇਲਾਵਾ ਜਿਹੜੀ ਸਾਡੇ ਪੰਜਾਬੀਆਂ ਦੀ ਇੱਕ ਹੋਰ ਜ਼ਰੂਰਤ ਹੁੰਦੀ ਹੈ ਜੀ ਕਿ ਟਰੱਕ ਲੈਣ ਇਹ ਤੇ ਜਦੋਂ ਟਰੱਕ ਲੈ ਲਿਆ ਲੋਡ ਲਾਉਣੇ ਸ਼ੁਰੂ ਕਰਤੇ ਤੇ ਉਦੋਂ ਦੀ ਗੱਲ ਆਪਾਂ ਕੀਤੀ ਹੈ ਹਾਂਜੀ ਤੇ ਇੱਕ ਹੁੰਦਾ ਕਿ ਪਹਿਲਾਂ ਟਰੱਕ ਲੈਣ ਵੇਲੇ ਵੀ ਜਿਹੜੇ ਲੋਨ ਵਗੈਰਾ ਦੀ ਪਸਿਟੀ ਹੈਗੀ ਉਹ ਵੀ ਤੁਹਾਡੀ ਕੰਪਨੀ ਕਰਾਉਣ ਦੀ ਪ੍ਰੋਵਾਈਡ ਨਹੀਂ ਹਾਂਜੀ ਜਿਹਨੂੰ ਅਸੀਂ ਕਹਿੰਦੇ ਆ ਟਰੱਕ ਫਾਈਨਾਂਸਿੰਗ ਜੀ ਟਰੱਕ ਤੇ ਟ੍ਰੇਲਰ ਫਾਈਨਾਂਸਿੰਗ ਜਿਹੜੀ ਹੈਗੀ ਹੈ ਅਸੀਂ ਉਹ ਵੀ ਕਰਦੇ ਆ ਹੁਣ ਅਨਫੋਰਚਨਟਲੀ ਇਸ ਟਾਈਮ ਤੇ ਟਰੱਕ ਲੱਭਣਾ ਬਹੁਤ ਮੁਸ਼ਕਲ ਹੈ ਜੀ ਮੈਨੂੰ ਅਸੀਂ ਟਰੱਕ ਸੇਲ ਤੇ ਟ੍ਰੇਲਰ ਲੀਜ਼ਿੰਗ ਵਿੱਚ ਵੀ ਆ ਗਿਆ ਸੋ ਸਾਨੂੰ ਪਤਾ ਕਿ ਜਿਹੜਾ ਟਰੱਕ ਹੈਗਾ ਜੇ ਤੁਸੀਂ ਹੁਣ ਟਰੱਕ ਲੱਭਣਾ ਸ਼ੁਰੂ ਕਰੋ ਤੇ ਬੈਕਅਪ ਹੈਗੀ ਐ ਤਿੰਨ ਤੋਂ ਲੈ ਕੇ 6 ਮਹੀਨੇ ਦੀ ਬੈਕਅਪ ਅੱਛਾ ਜੀ ਅੱਛਾ ਤੇ ਉਹ ਤੇ ਸਾਨੂੰ ਪਤਾ ਸੀ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਇੱਕ ਤੇ ਚਿਪਸ ਦੀ ਸ਼ੋਰਟੇਜ ਹੋ ਗਈ ਫਿਰ ਵੋਲਵੋ ਜਿਹੜਾ ਸੀਗਾ ਉਹਨਾਂ ਦੀ ਇੱਕ ਹੋਰ ਸਟ੍ਰਾਈਕ ਹੋ ਗਈ ਸੋ ਇਹ ਚੀਜ਼ਾਂ ਬਸ ਹੌਲੀ-ਹੌਲੀ ਦੇ ਕੰਪਾਊਂਡ ਈਚਦਰ ਨਾ ਤੇ ਬੈਕਅਪ ਹੋ ਗਿਆ ਤੇ ਟਰੱਕ ਨਹੀਂ ਮਿਲਦੇ ਤੇ ਨਾਲੇ ਟ੍ਰੇਲਰ ਵੀ ਸਾਲ ਦਾ ਬੈਕਅਪ ਹੈਗਾ ਵੀ ਟ੍ਰੇਲਰ ਦਾ ਅੱਛਾ ਜੀ ਇਹਦਾ ਕਾਰਨ ਇਹੀ ਆ ਕਿ ਪਿੱਛੇ ਸਪਲਾਈ ਜਿਹੜੀ ਘਟ ਗਈ ਪਿੱਛੇ ਸਪਲਾਈ ਕੱਟ ਗਈ ਬਿਲਕੁਲ ਬਿਲਕੁਲ ਹੋਰ ਅਸੀਂ ਹੋਰ ਕੁਝ ਕਰ ਨਹੀਂ ਸਕਦੇ ਵੇਟ ਕਰ ਸਕਦੇ ਆ ਪਰ ਜਿਹੜੀ ਸਾਡੀ ਲੀਸਿੰਗ ਡਿਪਾਰਟਮੈਂਟ ਹੈ ਕਈ 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 ਦੇ ਕੰਟਰੈਕਟਸ ਖਤਮ ਹੋ ਜਾਂਦੇ ਨੇ ਉਹ ਟ੍ਰੇਲਰ ਅਸੀਂ ਲੈ ਕੇ ਫਿਰ ਤੁਹਾਨੂੰ ਹੋਰ ਉਹ ਦੇ ਸਕਦੇ ਅਸੀਂ ਸਵਿਚ ਕਰ ਸਕਦੇ ਆ ਸਵਿਚ ਕਰ ਸਕਦੇ ਸੋ ਕੋਈ ਨਾ ਕੋਈ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਲੱਭ ਲਾਗੇ ਨਹੀਂ ਤੇ ਸਾਡੀ ਜਿਹੜੀ ਡਿਸਪੈਚਿੰਗ ਦੀ ਵੀ ਹੈਗੀ ਹੈ ਨਾ ਉਹ ਪਾਵਰ ਓਨ ਵੀ ਕਰ ਸਕਦੀ ਹੈ ਸੋ ਕੋਈ ਨਾ ਕੋਈ ਤਰੀਕਾ ਅਸੀਂ ਲੱਭ ਲਾਗੇ ਕਿਉਂਕਿ ਮਾਰਕੀਟ ਤੇ ਕਹਿੰਦੇ ਨੇ ਹਾਟ ਹੈ ਹੁਣ ਇਨਾ ਪਰ ਮਾਈਲ ਜਿਹੜਾ ਰੇਟ ਮਿਲਦਾ ਪਿਆ ਬਹੁਤ ਵਧੀਆ ਮਿਲਦਾ ਪਿਆ ਵੇ ਤੇ ਸਾਰੇ ਟਰੱਕਿੰਗ ਦੇ ਵਿੱਚ ਹੁਣ ਵੜਨਾ ਚਾਹੁੰਦੇ ਨੇ ਬਟ ਜੀ ਟਰੱਕਿੰਗ ਇੰਡਸਟਰੀ ਇੱਕ ਐਸੀ ਹੈ ਤੇ ਇੱਕ ਹੈਗੀ ਆ ਆਪਣੀ ਹਸਪੀਟਲਾਂ ਦੇ ਵਿੱਚ ਨਰਸਾਂ ਹਾਂਜੀ ਤੇ ਇੱਕ ਰੈਸਟੋਰੈਂਟਾਂ ਨੂੰ ਕੁੱਕ ਜਿਹੜਾ ਹੈਗਾ ਉਹ ਕੈਲੀਫੋਰਨੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਉਹਦੀ ਕਦੇ ਕਮੀ ਕੋਈ ਮਿਲਦਾ ਹੀ ਨਹੀਂ ਮਿਲਦਾ ਹੀ ਨਹੀਂ ਹੈਗੇ ਔਰ ਆਪਣੇ ਮੂੰਹ ਮੰਗੀ ਕੀਮਤ ਜਿਵੇਂ ਹਾਂਜੀ ਉਹ ਲੈ ਸਕਦੇ ਨੇ ਸੋ ਅਸੀਂ ਟਰਕਿੰਗ ਇੰਡਸਟਰੀ ਦੀ ਅੱਜ ਗੱਲ ਕਰ ਰਹੇ ਤੁਸੀਂ ਡਿਸਪੈਚਿੰਗ ਦੀ ਨਾਲ ਗੱਲ ਕੀਤੀ ਹੈ ਡਿਸਪੈਚ ਲਈ ਨੰਬਰ ਇਹੀ ਹੈ 1883604237 ਜੀ ওই ওই ਨੰਬਰ ਤੇ ਤੁਸੀਂ ਜੋ ਵੀ ਚੀਜ਼ ਜਿਹੜੀ ਵੀ ਸਰਵਿਸ ਤੁਹਾਨੂੰ ਚਾਹੀਦੀ ਹੋਏ ਤੁਸੀਂ ওই ਨੰਬਰ ਤੇ ਕਾਲ ਕਰ ਸਕੋ ਅਸੀਂ ਤੁਹਾਨੂੰ ਰੀਰ ਆਊਟ ਕਰਦਾਗੇ ਜਿੱਥੇ ਵੀ ਜਿੱਥੇ ਦੀ ਚਾਹੀਦਾ ਹੁਣ ਕੱਲ ਮੇਰੀ ਗੱਲ ਹੋਈ ਸੀਗੀ ਇੱਕ ਭਾਜੀ ਦੇ ਨਾਲ ਉਹ ਡਾਇਰੈਕਟ ਰੈਸਟਿੰਗ ਕਰਦੇ ਨੇ ਹੁਣ ਜਿਹੜੇ ਟ੍ਰੈਕਿੰਗ ਵਿੱਚ ਚਾਹੁੰਦੇ ਨੇ ਹਰ ਸਾਲ ਜਾਂ ਰੈਂਡਮ ਸਿਲੈਕਸ਼ਨ ਹੁੰਦੀ ਹੈ ਡਰੈਗ ਟੈਸਟਿੰਗ ਲਈ ਸੋ ਸਾਡੇ ਕੋਲ ਹੁਣ ਨੇਸ਼ਨ ਵਾਈਡ ਵੀ ਰਿਸੋਰਸ ਹੈਗਾ ਜਿੱਥੇ ਅਸੀਂ ਤੁਹਾਨੂੰ ਭੇਜ ਸਕਦੇ ਆ ਜੀ ਇਹ ਵੀ ਚੰਗੀ ਗੱਲ ਅੱਛਾ ਨਾਲ ਲੱਗਦਾ ਸਵਾਲ ਜਿਹੜਾ ਸਾਰੀ ਚੀਜ਼ਾਂ ਨਾਲ ਚਾਹੇ ਡਿਸਪੈਚਮੈਂਟ ਦੀ ਗੱਲ ਕਰ ਲਈਏ ਚਾਹੇ ਅਸੀਂ ਕਰ ਲਈਏ ਫੈਕਟਿੰਗ ਦੀ ਗੱਲ ਕਰ ਰਹੀਏ ਤੇ ਸਵਾਲ ਇਹ ਹੈਗਾ ਕਿ ਤੁਸੀਂ ਅਮਰੀਕਾ ਦੇ ਵਿੱਚ 올 ਓਵਰ ਅਮਰੀਕਾ ਤੁਹਾਡੀ ਕੰਪਨੀ ਪ੍ਰੋਵਾਈਡ ਕਰਦੀ ਆ ਜਾਂ ਕੁਝ ਇੱਕ ਸਟੇਟਸ ਨੇ 올 ਓਵਰ ਜਿਹੜੀ ਤੁਸੀਂ ਕਹਿੰਦੇ ਹੋ ਨਾ ਕੰਟੀਨੈਂਟਲ ਯੂ ਐਸ ਤਾਂ ਜੀ ਜਿੱਥੇ ਵੀ ਤੁਸੀਂ ਹੈਗੇ ਹੋ ਅਸੀਂ ਤੁਹਾਡੀ ਫੈਕਟਰੀਂਗ ਫਿਊਲ ਸਭ ਕੁਝ ਕਰ ਸਕਦੇ ਆ ਤੁਹਾਡੇ ਲਈ ਬਿਲਕੁਲ ਜੀ ਇਹ ਇੰਡੀਆ ਵਾਲਾ ਕੰਮ ਤੇ ਇੱਥੇ ਹੈ ਨਹੀਂ ਬੱਸਾਂ ਚ ਪਹਿਲਾਂ ਠੱਕੇ ਖਾ ਕੇ ਜਾਓ ਹਾਂਜੀ ਉਹ ਫਿਰ ਉੱਤੇ ਟਾਈਮ ਵੇਸਟ ਕਰੋ ਇੱਥੇ ਤਾਂ ਸਾਰਾ ਕੁਝ ਆਨਲਾਈਨ ਹੈਗਾ ਆਨਲਾਈਨ ਤੁਸੀਂ ਫੋਨ ਚੁੱਕੋ ਇੱਕ ਸਕਿੰਟ ਵਿੱਚ ਕਿਸੇ ਨੇ ਭੇਜ ਦੇਣਾ ਹੈ ਤੁਹਾਡੇ ਸਟਾਫ ਨੇ ਨਾਲ ਦੀ ਨਾਲ ਹੀ ਵਾਪਸ ਹਾਂਜੀ ਹਾਂਜੀ ਕਿੱਥੇ ਕਿੱਥੇ ਸਲੋ ਡਾਊਨ ਹੋ ਜਾਂਦਾ ਵੇ ਉਹ ਹੈਗਾ ਵੇ ਜਦੋਂ ਤੁਸੀਂ ਅਸੀਂ ਤੁਹਾਨੂੰ ਐਪਲੀਕੇਸ਼ਨ ਭੇਜਦੇ ਆ ਕਈ ਸਾਡੇ ਹੈਗੇ ਨੇ ਜਿਹੜੇ ਉਹ ਕੰਮ ਲਟਕਾ ਦਿੰਦੇ ਨੇ ਰਾਈਟ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰ ਸੋ ਚਲੋ ਠੀਕ ਹੈ ਤੁਸੀਂ ਬਿਜ਼ੀ ਹੋ ਪਰ ਦੋ ਸੈਕਿੰਡ ਲੱਗਦੇ ਨੇ ਤੁਸੀਂ ਭਰ ਕੇ ਭੇਜ ਦਿਓ ਫਿਰ ਤੇ ਮੇਰਾ ਕੰਮ ਸ਼ੁਰੂ ਹੋ ਗਿਆ ਬਿਲਕੁਲ ਉਸ ਤੋਂ ਬਾਅਦ ਅਸੀਂ ਤੁਹਾਨੂੰ ਡਾਕੂਮੈਂਟਸ ਕਵਾਂਗੇ ਕਿ ਤੁਹਾਨੂੰ ਐ ਚਾਹੀਦਾ ਉਹ ਚਾਹੀਦਾ ਭੇਜ ਦਿਓ ਐਗਰੀਮੈਂਟ ਵੀ ਅਸੀਂ ਸੈੱਟ ਕਰਕੇ ਤੁਹਾਨੂੰ ਭੇਜਦਾਗੇ ਜਦੋਂ ਤੁਸੀਂ ਐਗਰੀਮੈਂਟ ਭਰ ਦਿੱਤੀ ਸਮਝੋ ਤੁਹਾਡਾ ਕੰਮ ਸ਼ੁਰੂ ਜੀ ਇਹ ਤੁਸੀਂ ਕਿਹਦੀ ਫੈਕਟਿੰਗ ਦੀ ਗੱਲ ਹੈ ਫੈਕਟਿੰਗ ਦੀ ਹਾਂ ਜੀ ਜੀ ਫੈਕਟਿੰਗ ਦੇ ਨਾਲ ਫਿਰ ਚਲੋ ਸਵਾਲ ਤੋਂ ਸਵਾਲ ਹੀ ਨਿਕਲੀ ਆਉਂਦਾ ਵੈਸੇ ਤਾਂ ਹਾਂ ਜੀ ਇਹ ਫੈਕਟਿੰਗ ਦਾ ਕੋਈ ਮਿਨੀਮਮ ਕੰਟਰੈਕਟ ਕਰਨਾ ਪੈਂਦਾ ਉਹਨਾਂ ਨੂੰ ਸਾਲ ਦਾ 2 ਸਾਲ ਦਾ ਜਾਂ ਜਦੋਂ ਕਿਸੇ ਦੀ ਮਰਜ਼ੀ ਹੈ ਤੁਹਾਨੂੰ ਕੰਟਰੈਕਟ ਤੁਸੀਂ ਜਿਹੜੇ ਕੰਟਰੈਕਟ ਦੀ ਗੱਲ ਕੀਤੀ ਹੈ ਐਗਰੀਮ ਤੇ ਜਾਂ ਫਿਰ ਆਪਣੀ ਮਰਜ਼ੀ ਨਾਲ ਜਦੋਂ ਮਰਜ਼ੀ ਆ ਸਕਦਾ ਜਾਂ ਛੱਡ ਸਕਦਾ ਆ ਬਹੁਤ ਚੰਗਾ ਸਵਾਲ ਹੈ ਐਕਚੁਅਲੀ ਜਿਹੜਾ ਆਮ ਤੌਰ ਤੇ ਹੁੰਦਾ ਨਾ ਫੈਕਟਰੀਂਗ ਦਾ 1 ਸਾਲ ਦਾ ਕੰਟਰੈਕਟ ਹੁੰਦਾ ਵੇ ਜੇ ਕੋਈ ਤੁਹਾਨੂੰ ਕਹੇ ਕਿ 2 ਸਾਲ ਜਾਂ 3 ਸਾਲ ਇਹ ਕਰ ਸਕਦੇ ਆ ਅਸੀਂ ਵੀ ਕੀਤਾ ਹੋਇਆ ਵੇ ਪਰ ਜੇ ਤੁਹਾਡਾ ਰੇਟ ਬਹੁਤ ਲੋ ਹੋਏ ਹੈ ਹੈਨਾ ਫਿਰ ਅਸੀਂ ਕਹਿੰਦੇ ਆ ਚਲੋ ਠੀਕ ਹੈ 2 ਸਾਲ ਦਾ ਕਰ ਲੋ 3 ਸਾਲ ਦਾ ਕਰ ਲੋ ਪਰ ਥੋੜਾ ਜਿਹਾ ਦੇਖਣਾ ਹੁੰਦਾ ਹੈ ਨਾ ਫਾਰ ਸਾਈਟ ਦੀ ਜਿਹੜੀ ਉਹ ਹੁੰਦੀ ਹੈ ਪਰ ਆਮ ਤੌਰ ਤੇ 1 ਸਾਲ ਦਾ ਕੰਟਰੈਕਟ ਹੁੰਦਾ ਵੇ ਤੇ ਇੱਕ ਚੀਜ਼ ਮੈਂ ਤੁਹਾਡੇ ਅੱਗੇ ਲਿਆਣਾ ਚਾਹੁੰਦਾ ਵਾ ਜੀ ਕਈ ਕੰਪਨੀਆਂ ਕਹਿੰਦੀਆਂ ਨੇ ਅਸੀਂ ਮਹੀਨੇ ਤੋਂ ਮਹੀਨੇ ਕਰਦੇ ਆ ਕੰਟਰੈਕਟ ਨਹੀਂ ਕਰਦੇ ਅੱਛਾ ਇਹ ਵੀ ਹੈਗੀਆਂ ਕੰਪਨੀਆਂ ਪਰ ਜੇ ਤੁਸੀਂ ਦੇਖੋ ਇਹ ਵੀ ਥੋੜੀ ਜੀ ਨਾ ਕੋਈ ਟ੍ਰਿਕ ਹੈਗਾ ਹੈ ਟੈਕਨੀਕਲ ਟ੍ਰਿਕ ਹੈ ਜਿਵੇਂ ਕੱਪੜੇ ਦੇ ਕੰਮ 'ਚ ਬੜੀ ਔਲੇ ਹੁੰਦੇ ਆ ਤੇ ਇਹਦੇ 'ਚ ਵੀ ਔਲੇ ਕੁਝ ਹਾਂਜੀ ਤੇ ਇਹਦੇ 'ਚ ਉਹ ਹੈਗਾ ਵੇ ਕਿ ਦੇਖੋ ਅੱਜ ਮੈਂ ਸਾਈਨ ਕੀਤਾ ਹੈ ਨਾ ਮੇਰੀ ਇਨਵੋਇਸ 40 ਦਿਨ ਦੇ ਵਿੱਚ ਜਾਂ 30 ਦਿਨ ਦੇ ਵਿੱਚ ਕਲੀਅਰ ਨਹੀਂ ਹੋਏਗੀ ਰਾਈਟ ਉਹਨਾਂ ਨੇ ਕਿਹਾ ਕਿ ਪਹਿਲੇ ਤੇ ਤੁਹਾਡੀਆਂ ਇਨਵੋਇਸਿਸ ਕਲੀਅਰ ਹੋਣ ਫਿਰ ਸਾਨੂੰ ਤੁਸੀਂ ਇੱਕ ਰਿਲੀਜ਼ ਲੈਟਰ ਭੇਜਣੀ ਹੈ ਇਸ ਦਿਨ ਤੋਂ ਲੈ ਕੇ ਇਸ ਦਿਨ ਤੱਕ ਜੇ ਦੇਖਿਆ ਜਾਏ ਜੇ ਤੁਸੀਂ ਆਪਣਾ ਕੰਮ ਰੋਕਣਾ ਨਾ ਚਾਹੋ ਨਾ ਫਿਰ ਤੇ ਤੁਸੀਂ ਜਾ ਹੀ ਨਹੀਂ ਸਕਦੇ ਕਿਤੇ ਸੋ ਉਹ ਸਾਲ ਦਾ ਕੰਟਰੈਕਟ ਚੰਗਾ ਵੇ ਜਾਂ ਉਹ ਕੰਟਰੈਕਟਿੰਗ ਹੈ ਜਿਹੜਾ ਕਹਿੰਦਾ ਮੰਥ ਤੋਂ ਟੂ ਮੰਥ ਪਰ ਤੁਹਾਨੂੰ ਆਪਣਾ ਕੰਮ ਰੋਕਣਾ ਪਏਗਾ ਉਹ ਚੋਂ ਨਿਕਲਣ ਚੋ ਸੋ ਉੱਥੇ ਤੇ ਤੁਸੀਂ ਫਸ ਗਏ ਪੂਰੀ ਪੂਰੀ ਲਾਈਫ ਤੇ ਬਿਲਕੁਲ ਬਿਲਕੁਲ ਤੇ ਇਹ ਵੀ ਹੁੰਦਾ ਵੀ ਕਈ ਕੰਪਨੀਆਂ ਜਿਵੇਂ ਬਾਕੀ ਬਹੁਤ ਸਾਰੇ ਕੰਮਾਂ ਦੇ ਵਿੱਚ ਹੈਗਾ ਵੀ ਉਹ ਲਾਲਚ ਦੇ ਕੇ ਪਹਿਲਾਂ ਫਸਾ ਲੈਣਾ ক্লায়েন্ট ਨੂੰ ਤੇ ਮੁੜ ਕੇ ਫਿਰ ਅਗਲਾ ਅੱਗੇ ਪਿੱਛੇ ਦੇਖਦੇ ਹੁਣ ਕਰਾਂ ਕੀ ਕੰਟ੍ਰੈਕਟ ਕਰ ਬੇਟਾ ਤੇ ਇਹ ਕਿਸੇ ਨੇ ਵੀ ਚਲੋ ਕਿਸੇ ਕੰਪਨੀ ਨਾਲ ਵੀ ਕੰਟੈਕਟ ਕਰਨਾ ਕਿਸੇ ਬੰਦੇ ਨੇ ਵੀ ਤੇ ਉਹਨੂੰ ਕਿੰਨਾ ਗੱਲਾਂ ਧਿਆਨ ਰੱਖਣਾ ਚਾਹੀਦਾ ਦੇਖੋ ਕਈ ਗੱਲਾਂ ਦੇ ਤੇ ਧਿਆਨ ਰੱਖਣਾ ਚਾਹੀਦਾ ਪਹਿਲੇ ਤੇ ਜਿਹੜਾ ਹੈਗਾ ਤੁਸੀਂ ਆਪਣੇ ਰੇਟ ਦੇ ਉੱਤੇ ਬਸ ਨਾ ਦੇਖੋ ਹੋਰ ਵੀ ਚੀਜ਼ਾਂ ਦੇਖੋ ਕਦੇ-ਕਦੇ ਕੰਪਨੀਆਂ ਹੁੰਦੀਆਂ ਨੇ ਐਸੀ ਤੁਹਾਨੂੰ 1% ਰੇਟ ਦੇ ਦਾਂਗੇ ਪਰ ਉਹ 10 ਦਿਨ ਲਈ 10 ਦਿਨ ਤੋਂ ਬਾਅਦ ਫਿਰ ਅਸੀਂ 0.1 ਗਿੰਦੇ ਜਾਵਾਂਗੇ ਹਰ ਦਿਨ 30 ਦਿਨ ਦੇ ਵਿੱਚ ਤੇ ਉੱਥੇ ਤੇ ਕਿੰਨਾ ਪਰਸੈਂਟ ਨਿਕਲਿਆ ਰਾਈਟ ਸੋ ਤੁਹਾਡੇ 1% ਥੋੜਾ ਆਇਆ 3 4 5% ਨਿਕਲ ਆਂਦੇ ਨੇ ਉਥੋਂ ਸੋ ਇਹਦਾ ਬਹੁਤ ਧਿਆਨ ਰੱਖਣਾ ਹੁੰਦਾ ਵੇ ਇੱਕ ਉਹ ਤੇ ਇੱਕ ਜਿਹੜਾ ਰੀਕੋਰਸ ਦਾ ਹੈਗਾ ਨਾ ਕਿ ਅਸੀਂ 30 ਦਿਨ ਰੀਕੋਰਸ ਕਰਦੇ ਆ ਜਾਂ 60 ਡੇ ਰੀਕੋਰਸ ਕਰਦੇ ਆ ਉਹਦਾ ਧਿਆਨ ਰੱਖਣਾ ਕਿਉਂਕਿ ਜਦੋਂ 60 ਡੇ ਰੀਕੋਰਸ ਕਰੋਗੇ ਇਹਦਾ ਮਤਲਬ ਹੈ ਕਿ 60 ਡੇਸ ਤੋਂ ਬਾਅਦ ਉਹ ਤੁਹਾਨੂੰ ਚਾਰਜ ਬੈਕ ਕਰ ਦੇਣਗੇ ਤੇ ਜੇ ਨਹੀਂ ਕੀਤਾ ਤੇ ਜਿਹੜੇ ਅਗਲੇ 30 ਦਿਨ ਰਹਿੰਦੇ ਨੇ ਉਹਦਾ ਜਿਹੜਾ ਪਰਸੈਂਟੇਜ ਹੈ ਉਹ ਵੱਧ ਪਰਸੈਂਟ ਤੁਹਾਨੂੰ ਚਾਰਜ ਕਰਨਗੇ ਰਾਈਟ ਅਸੀਂ ਜਿਹੜਾ ਕਰਦੇ ਆ ਰੀਕੋਰਸ 90 ਦਿਨ ਦਾ ਉਹ ਸਟੈਂਡਰਡ ਹੁੰਦਾ ਵੇ ਜੀ ਚਲੋ ਬਹੁਤ ਵਧੀਆ ਜਾਣਕਾਰੀ ਤੁਸੀਂ ਦੇ ਰਹੇ ਹੋ ਨਾਲ ਨਾਲ ਬ੍ਰੇਕ ਦਾ ਵੀ ਇੱਕ ਸਮਾਂ ਹੋ ਗਿਆ ਜੀ ਬ੍ਰੇਕ ਤੋਂ ਬਾਅਦ ਅਸੀਂ ਫਿਰ ਤੁਹਾਡੇ ਨਾਲ ਇਸ ਤਰ੍ਹਾਂ ਗੱਲ ਕਰਾਂਗੇ ਸਾਡੇ ਦਰਸ਼ਕ ਜਿਹੜੇ ਨੇ ਉਹ ਵੀ ਨੰਬਰ ਸਕਰੀਨ ਤੇ ਆ ਰਿਹਾ ਕੈਂਪਸ ਦਾ ਨਾਲ ਦੀ ਨਾਲ ਦਵਿੰਦਰ ਸਿੰਘ ਜੀ ਦਾ ਨੰਬਰ ਵੀ ਚਾਹੀਦਾ ਉਹ ਵੀ ਸਾਡੇ ਕੋਲ ਲੈ ਸਕਦੇ ਹੋ ਇੱਕ ਬ੍ਰੇਕ ਲੈ ਲੀਏ ਬ੍ਰੇਕ ਤੋਂ ਬਾਅਦ ਫਿਰ ਇਸੇ ਜਾਣਕਾਰੀ ਨੂੰ ਜਾਰੀ ਰੱਖਾਂਗੇ ਦੇਖਦੇ ਰਹੋ ਜਸਪ੍ਰੀਤ ਅਜਰਾਜੀ ਬ੍ਰੇਕ ਤੋਂ ਬਾਅਦ ਇੱਕ ਹੋਰ ਫਿਰ ਹੋਰ ਕੰਪਾਸ ਫੰਡਿੰਗ ਸੋਲੂਸ਼ਨ ਦੀ ਗੱਲ ਚੱਲ ਰਹੀ ਹੈ ਸਰਦਾਰ ਦਵਿੰਦਰ ਸਿੰਘ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਇਹਨਾਂ ਕੋਲੋਂ ਫਿਰ ਹੋਰ ਭਰਪੂਰ ਜਾਣਕਾਰੀ ਹੈ ਮਤਲਬ ਮੁੱਖ ਦੀ ਗੱਲ ਇਹ ਹੁੰਦੀ ਹੈ ਵੀ ਲਾਹਾ ਲੈਣ ਵਾਲੀ ਗੱਲ ਕਰੀ ਦੀਏ ਵੱਧ ਤੋਂ ਵੱਧ ਲਾਹਾ ਲੈ ਲਈਏ ਦਵਿੰਦਰ ਜੀ ਆਪਾਂ ਫੈਕਟਿੰਗ ਦੀ ਗੱਲ ਕੀਤੀ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਬਹੁਤ ਵਧੀਆ ਤੁਸੀਂ ਜਾਣਕਾਰੀ ਦਿੱਤੀ ਹੈ ਡਿਸਪੈਚਿੰਗ ਦੀ ਨਾਲ ਨਾਲ ਗੱਲ ਕੀਤੀ ਹੈ ਕੋਈ ਅਗਲਾ ਸਵਾਲ ਤੋਂ ਪਹਿਲਾਂ ਜੇ ਕੋਈ ਫੈਕਟਰੀਂਗ ਦੀ ਹੋਰ ਖਾਸ ਗੱਲ ਤੁਸੀਂ ਕਰਨੀ ਚਾਹੁੰਦੇ ਹੋ ਉਹ ਸਾਡੇ ਦਰਸ਼ਕਾਂ ਲਈ ਜ਼ਰੂਰ ਕਰ ਲਓ ਫਿਰ ਆਪਾਂ ਅਗਲੇ ਸਵਾਲ ਤੇ ਚੱਲਦੇ ਆਂ ਅ ਡਿਸਕਾਊਂਟਡ ਫਿਊਰ ਤੇ ਡਿਸਕਾਊਂਟਡ ਫਿਊਰ ਚਲੋ ਅਸੀਂ ਪਹਿਲਾਂ ਪਹਿਲਾਂ ਫੈਕਟਰੀਂ ਨੂੰ ਤੁਸੀਂ ਹੋਰ ਕੁਝ ਹਾਂਜੀ ਨਹੀਂ ਨਹੀਂ ਫੈਕਟਰੀਂ ਤੇ ਦੇਖੋ ਜੇ ਅਸੀਂ ਗੱਲ ਫੈਕਟਰੀਂ ਤੇ ਕਰੀਏ ਤੇ ਉਹ ਤੇ ਦਿਨ ਅਸੀਂ ਲਗਾ ਸਕਦੇ ਆ ਉਹਦੇ ਉੱਤੇ ਤੁਸੀਂ ਬਸ ਸਾਨੂੰ ਕਾਲ ਕਰੋ ਤੇ ਜਿਹੜੀ ਵੀ ਹੈਲਪ ਤੁਹਾਨੂੰ ਚਾਹੀਦੀ ਹੈ ਜਿਹੜੀ ਜੋ ਵੀ ਮਦਦ ਅਸੀਂ ਕਰ ਸਕਦੇ ਆ ਸੇਵਾ ਕਰ ਸਕਦੇ ਜਰੂਰ ਕਰਾਂਗੇ ਚਲੋ ਮੈਂ ਇਹ ਸਵਾਲ ਪੁੱਛਣ ਦਾ ਸਾਡੇ ਦਰਸ਼ਕਾਂ ਵੱਲੋਂ ਇਹ ਫੈਕਟਰੀਂ ਨਾਲ ਸੰਬੰਧਿਤ ਹਾਂਜੀ ਕਿ ਮੈਂ 1 ਸਾਲ ਦਾ ਕੰਟਰੈਕਟ ਮੰਨ ਲਓ ਕੀਤਾ ਕਿਸੇ ਵੀ ਕਿਸੇ ਕੰਪਨੀ ਨਾਲ ਤੇ ਬੰਦਾ ਚਾਵੇ ਜਾਂ ਉਹਨੂੰ ਕਿਤੇ ਹੋਰ ਸੋਰਸ ਸਸਤੀ ਫੈਕਟਿੰਗ ਆਮ ਤੌਰ ਤੇ ਅਸੀਂ ਲਾਲਚ ਕਰਕੇ ਹੀ ਕੰਮ ਚੜਦੇ ਆ ਤੇ ਜੇ ਉਹ ਕੰਟਰੈਕਟ ਤੋੜਨਾ ਚਾਵੇ ਤਾਂ ਉਹਨੂੰ ਫਿਰ ਕੀ ਕੀ ਪੈਨਲਟੀਆਂ ਦੇਖੋ ਜੇ ਤੁਸੀਂ ਸਾਲ ਆਪਣਾ ਜਿਹੜਾ ਹੈਗਾ ਵੇ ਕੰਟਰੈਕਟ ਸੀ ਉਹ ਖਤਮ ਕਰ ਲਿਆ ਵੇ ਰਾਈਟ ਮੋਸਟ ਕੰਟਰੈਕਟ ਵਿੱਚ ਹੁੰਦਾ ਵੇ ਕਿ ਤੁਸੀਂ ਇਸ ਦਿਨ ਤੋਂ ਲੈ ਕੇ ਇਸ ਦਿਨ ਤੱਕ ਆਪਣੀ ਤੁਹਾਡੀ ਜਿਹੜੀ ਹੈ ਰੀਲੀਸ ਭੇਜ ਦਿਓ ਤੇ ਅਸੀਂ ਤੁਹਾਨੂੰ ਰੀਲੀਸ ਕਰ ਦਾਂਗੇ ਪਰ ਮੋਸਟ ਟਾਈਮ ਮੋਸਟ ਆਫ ਦਾ ਟਾਈਮ ਕੀ ਹੁੰਦਾ ਜੇ ਤੁਸੀਂ ਰੀਲੀਸ ਮੰਗੋਗੇ ਅਸੀਂ ਪੁੱਛਾਂਗੇ ਕਿ ਕਿਉਂ ਹੂੰ ਕਿਸ ਲਈ ਹਰ ਹਰ ਕੰਪਨੀ ਕੋਈ ਸਮਾਨ ਹੀ ਵਾਪਸ ਕਰਨ ਜਾਂਦੇ ਕਿਸੇ ਸਟੋਰ ਤੋਂ ਕਾਰਨ ਦਾ ਪੁੱਛਦੇ ਹਾਂਜੀ ਬਈ ਕਈ ਵਾਰੀ ਕਹਿਣਾ ਪੈਂਦਾ ਟੂਟ ਬੋਲਣ ਦਾ ਰੰਗ ਨਹੀਂ ਪਸੰਦ ਆ ਘਰ ਵਾਲੀ ਨੂੰ ਹਾਂਜੀ ਤੇ ਪਰ ਇੱਥੇ ਇਹਦਾ ਨਹੀਂ ਹੈਗਾ ਇੱਥੇ ਕੀ ਹੈ ਤੁਸੀਂ ਸਾਫ਼-ਸਾਫ਼ ਕਹਿ দাও ਦੇਖੋ ਮੈਂ ਚਾਹੁੰਦਾ ਵਾ ਕਿ ਮੇਰਾ ਰੇਟ ਥੋੜਾ ਜਿਹਾ ਹੋਰ ਘਟ ਜਾਏ ਜਾਂ ਇੱਥੋਂ ਇੱਕ ਪ੍ਰਪੋਜ਼ਲ ਆਇਆ ਹੋਵੇ ਮੈਨੂੰ ਸੋ ਮੈਂ ਤਾਂ ਕਹਾਂਗਾ ਦੇਖੋ ਪ੍ਰਪੋਜ਼ਲ ਪੇਜ ਦਿਓ ਮੈਂ ਵੀ ਦੇਖਦਾ ਕਿਦੇ ਵਿੱਚ ਕੋਈ ਕੋਈ ਟਰਿਕ ਤੇ ਨਹੀਂ ਹੈਗਾ ਰਾਈਟ ਕਿ ਕਿਤੇ ਤੁਹਾਨੂੰ ਉਹ ਨਾ ਫਸਾ ਦੇਣ ਤੇ ਜੇ ਸਭ ਕੁਝ ਸਹੀ ਲੱਗਦਾ ਵੇ ਰਾਈਟ ਮੈਂ ਕਹਾਂਗਾ ਜੇ ਅਸੀਂ ਤੁਹਾਨੂੰ ਘੱਟ ਰੇਟ ਦੇ ਸਕੀਏ ਤੁਸੀਂ ਇੱਥੇ ਰਹੋਗੇ ਚੰਗਾ ਲੱਗਿਆ ਸੀਗਾ ਮੋਸਟ ਆਫ ਦਾ ਟਾਈਮ 99% ਉਹ ਕਹਿੰਦੇ ਨੇ ਹਾਂਜੀ ਠੀਕ ਹੈ ਬਸ ਤੁਸੀਂ ਮੈਨੂੰ ਦੱਸ ਦਿਓ ਮੈਂ ਤੁਹਾਡੇ ਤੁਹਾਡੇ ਲਈ ਕੰਮ ਕਰਾਂਗਾ ਤੇ ਇਹ ਮਤਲਬ ਪ੍ਰਪੋਜ਼ਲ ਜ਼ਰੂਰੀ ਹੈ ਉਹ ਮੂੰਹ ਜਵਾਨੀ ਕਹਦੇ ਕੋਈ ਜੀ ਮੈਨੂੰ ਫਲਾਣਾ ਬੰਦਾ ਕਹਿੰਦਾ ਤਾਂ ਉਹਦਾ ਕੋਈ ਫਾਇਦਾ ਨਹੀਂ ਨਹੀਂ ਹੁਣ ਕਈ ਕਈ ਹੁੰਦੇ ਨੇ ਜਿਹੜੇ ਜਿਨ੍ਹਾਂ ਨੇ ਹੁਣ ਇੱਕ ਟਰੱਕ ਤੋਂ ਸ਼ੁਰੂ ਕੀਤਾ ਰਾਈਟ ਸਾਲ ਦੇ ਬਾਅਦ ਉਹਨਾਂ ਕੋਲ 15 ਟਰੱਕ ਨੇ ਰਾਈਟ ਉਹ ਜੇ ਆ ਕੇ ਕਹਿਣ ਮੈਂ ਦੇਖਾਂਗਾ ਤੁਹਾਡਾ ਏਆਰ ਕਿੰਨਾ ਵੇ ਅਕਾਊਂਟਸ ਰਿਸੀਵੇਬਲ ਹਾਂਜੀ ਬਹੁਤ ਵਧਿਆ ਵੇ ਜ਼ਰੂਰ ਐਸੀ ਕੁਝ ਨਾ ਕੁਝ ਕਰੀਏ ਜੀ ਇਹ ਮਤਲਬ ਹੈਗਾ ਤੁਹਾਡੇ ਕੋਲ ਹੈਗਾ ਫਲੈਕਸੀਬਿਲਟੀ ਤੇ ਹੈ ਸਾਡੇ ਕੋਲ ਫਲੈਕਸੀਬਿਲਟੀ ਹੈ ਤੇ ਦੂਜੀ ਜਿਹੜੀ ਕੈਂਪਸ ਦੀ ਇੱਕ ਹੋਰ ਵੱਡੀ ਸਹੂਲਤ ਹੈਗੀ ਹੈ ਜੀ ਸਾਡੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਪੰਜਾਬੀ ਵੀ ਉਸ ਗੱਲ ਤੋਂ ਜਿਆਦਾ ਅਵੇਅਰ ਨਹੀਂ ਹੈ ਥੋੜਾ ਬਹੁਤ ਅਵੇਅਰ ਕਰਨ ਦੀ ਲੋੜ ਹੈਗੀ ਆ ਉਹ ਹੈਗਾ ਕਿ ਡਿਸਕਾਊਂਟਡ ਫਿਊਲ ਕਾਰਡ ਜਿਹੜੇ ਤੁਹਾਡੀ ਕੰਪਨੀ ਦਿੰਦੀ ਹੈ ਉਹਦਾ ਕੀ ਪ੍ਰੋਸੀਜਰ ਹੈ ਤੇ ਕੀ ਫਾਇਦਾ ਕਿਉਂ ਲੈਣੇ ਚਾਹੀਦੇ ਹੋ ਫਾਇਦਾ ਮਤਲਬ ਤੁਹਾਡੀ ਕੰਪਨੀ ਦੇ ਇਹੀ ਕੈਂਪਸ ਦੇ ਇਹੀ ਕਿਉਂ ਲੈਣੇ ਚਾਹੀਦੇ ਹਾਂਜੀ ਫਾਇਦਾ ਤੇ ਬੜਿਆ ਨੇ ਪਹਿਲੀ ਚੀਜ਼ ਹੈ ਇਹ ਕਿ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰੋਗੇ ਰਾਈਟ ਜੇ ਕਿਸੇ ਹੋਰ ਕੰਪਨੀ ਦੇ ਵਿੱਚ ਤੁਸੀਂ ਕਾਲ ਕੀਤੀ ਪਤਾ ਨਹੀਂ ਕਿਹੜੇ ਕਿਹੜੇ ਗੋਰੇ ਨੇ ਚੁੱਕਣਾ ਹੈ ਕਿ ਕਿਹੜੇ ਕਿਹਨੇ ਚੁੱਕਣਾ ਵੇ ਜਾਂ ਕਿ ਇੰਗਲਿਸ਼ ਬੋਲੇਗਾ 스ਪੈਨਿਸ਼ ਬੋਲੇਗਾ ਅਜੀ ਪੰਜਾਬੀ ਬੋਲਦੇ ਆ ਰਾਈਟ ਸਾਡਾ ਮੇਨ ਏਮ ਹੈਗਾ ਵੇ ਕਿ ਤੁਹਾਡੇ ਲਈ ਵੱਧ ਤੋਂ ਵੱਧ ਡਿਸਕਾਊਂਟ ਲਈ ਹੈ ਜੀ ਰਾਈਟ ਹੁਣ ਮੈਂ ਕਾਲ ਕਰਤਾ ਵਾ ਸਾਡੇ ਫਿਊਲ ਮੈਨੇਜਰ ਨੂੰ ਮੈਂ ਕਹਿੰਦਾ ਦੇਖੋ ਮੇਰਾ ਕਜ਼ਨ ਹੈਗਾ ਵੇ ਉਹ ਲੈ ਰਿਹਾ ਵੇ ਫਿਊਲ ਸੋ ਉਹਦੇ ਤੌਰ ਤੇ ਉੱਤੇ ਅਸੀਂ ਤੁਹਾਨੂੰ ਜਿੰਨਾ ਵੀ ਡਿਸਕਾਊਂਟ ਦੇ ਸਕਦੇ ਜ਼ਰੂਰ ਲਿਆ ਕੇ ਦੇਵਾਗੇ ਜੀ ਚਲੋ ਬਹੁਤ ਚੰਗੀ ਗੱਲ ਆ ਜੀ ਤੇ ਇਹ ਫਿਊਲ ਜਿਹੜਾ ਡਿਸਕਾਊਂਟਡ ਹੈਗਾ ਕਿੰਨਾ ਕੁ ਫਰਕ ਪੈ ਜਾਂਦਾ ਜੀ ਪਰ ਟਰੱਕ ਦੇਖੋ ਪਰ ਟਰੱਕ ਹਫਤੇ ਦੇ ਵਿੱਚ ਸਮਝੋ 300 ਅਪ ਟੂ 300 ਡਾਲਰਸ ਪਰ ਵੀਕ ਹਾਂਜੀ ਹਫਤੇ ਦਾ ਉਹ ਕਿੰਨਾ ਹੋਇਆ 1200 ਮਹੀਨੇ ਦਾ ਰਾਈਟ ਸਾਲ ਦਾ ਕਿੰਨਾ ਹੋਇਆ ਇਹ ਜਿਹੜੇ ਹੈਗੇ ਨੇ ਨਾ ਛੋਟੀਆਂ ਛੋਟੀਆਂ ਚੀਜ਼ੇ ਇਦਰੋਂ ਸੇਵ ਕੀਤੀ ਐ ਉਦਰੋਂ ਸੇਵ ਕੀਤੀ ਐ ਇਟ ਐਡਸ ਅਪ ਕਹਿੰਦੇ ਨੇ ਹੈ ਨਾ ਸੋ 1200 ਮਹੀਨੇ ਦੇ ਵਿੱਚ 12 ਮਹੀਨੇ ਮਹੀਨੇ ਦੇ ਵਿੱਚ ਕਿੰਨਾ ਨਿਕਲਿਆ 1200 ਮਹੀਨਾ ਜੀ 12 ਬਾਰੇ 144 ਯਾ ਉਹਦੇ ਨਾਲ ਤੇ ਤੁਸੀਂ ਡਾਊਨ ਪੇਮੈਂਟ ਲੈ ਕੇ ਦੂਜੀ ਦੂਜਾ ਟੱਕ ਲੈ ਲਓ ਮਤਲਬ ਹਾਂ ਕਿੰਨੇ 14-15000 ਨਹੀਂ ਯਾ 14000 ਲੈ ਕੇ 14400 ਹੋ ਗਏ ਹਾਂਜੀ ਹਾਂਜੀ ਸੋ ਇਹ ਵੀ ਇੱਕ ਬਹੁਤ ਵੱਡਾ ਹੈਗਾ ਇਹਦੀ ਮਤਲਬ ਕਿੰਨੇ ਕੁ ਲੋਕ ਪੰਜਾਬੀ ਜਾਂ ਕਿੰਨੀਆਂ ਕੁ ਕੰਪਨੀਆਂ ਹੈਗੀਆਂ ਛੋਟੀਆਂ ਵੱਡੀਆਂ ਕਿ ਵੱਡੀਆਂ ਕੰਪਨੀਆਂ ਦੀ ਗੱਲ ਕਰੀਏ ਜਿਨ੍ਹਾਂ ਦੇ 100 100 200 200 ਟਰੱਕ ਆ ਉਹ ਵੀ ਹੈਗੇ ਰੋਲ ਤੁਹਾਡੇ ਨਾਲ 2 2 4 700 ਟਰੱਕ ਵਾਲੇ ਉਹ ਵੀ ਹੈਗੇ ਨੇ ਤੇ ਉਹਨਾਂ ਨੂੰ ਤੇ ਫਿਰ ਬਹੁਤ ਫਾਇਦਾ ਹੁੰਦਾ ਹਨਾ ਉਹਨਾਂ ਨੂੰ ਬਹੁਤ ਫਾਇਦਾ ਹਾਂਜੀ ਬਿਲਕੁਲ ਬਿਲਕੁਲ ਤੁਹਾਡੇ ਕੋਲ ਜੇ ਇੱਕ ਟਰੱਕ ਹੋਏ ਆਮ ਤੌਰ ਤੇ ਦਿੰਦੇ ਨੇ ਕੁਝ 12 12 ਪੈਸੇ ਪਰ ਗੈਲਨ 12 ਤੋਂ ਲੈ ਕੇ 14 ਵੀ ਕਰ ਦਿੰਦੇ ਨੇ ਜੇ ਤੁਸੀਂ ਉਹਨਾਂ ਨਾਲ ਫੈਕਟਰੀਂਗ ਕਰਦੇ ਹੋ ਤੁਸੀਂ ਜੇ ਸਾਡੇ ਕੋਲ ਆਓ ਅਸੀਂ ਤੇ ਦੇਖੋ ਅਸੀਂ ਦੇਦਾਗੇ ਹੁਣ ਮੈਂ ਟੀਵੀ ਦੇ ਉੱਤੇ ਤੇ ਦੇਣਾ ਨਹੀਂ ਚਾਹੁੰਦਾ ਕਿਉਂਕਿ ਕੰਪੀਟੀਸ਼ਨ ਵੀ ਕਈ ਨਹੀਂ ਚਲੋ ਅਸੀਂ ਵੀ ਹੁਣ ਦੇ ਦਿੰਦੇ ਆ ਪਰ ਤੁਸੀਂ ਆ ਤੇ ਫਿਊਲ ਵੀ ਕਰੋ ਤੇ ਅਸੀਂ ਸਾਡਾ ਰੇਟ ਬਹੁਤ ਵਧੀਆ ਗਾਵੇ ਦੇਖੋ ਜੀ ਇਹ ਟੀਵੀ ਦਾ ਤੁਸੀਂ ਕਹਿ ਤਾ ਲੋਕਾਂ ਕੋਲੇ ਪ੍ਰੂਫ ਹੋ ਜਾਂਦਾ ਹੈ ਉਹ ਲੈ ਜਾਂਦੇ ਨੇ ਇੱਥੇ ਪਲੇਅਰ ਲਾਈਨ ਨਾਲੇ ਸੀਗੇ ਤੇ ਉਹਨੇ ਕਿਤੇ ਵੈਸੇ ਹੀ ਕਹਿ ਤਾ ਵੀ ਕੋਈ ਬਾਗ ਪਸਾਉਣ ਲਈ 499 98 ਟਿਕਟ ਹਾਂਜੀ ਤੇ ਬਾਅਦ ਚ ਗਏ ਤਾਂ ਉਹਨੇ ਟੈਕਸ ਫੋਸ ਪਾ ਕੇ ਉਹ ਕਹਿੰਦਾ 7 800 ਬਣੇ ਉਹ ਬੰਦਾ ਕਹਿੰਦਾ ਵੀ ਆ ਮੇਰੇ ਕੋਲ ਪ੍ਰੂਫ ਹੈ ਹਾਂਜੀ ਤੁਸੀਂ ਆ ਬੋਲਿਆ ਹੋਇਆ ਰੇਡੀਓ ਦੇ ਉੱਪਰ ਟੀਵੀ ਦੇ ਉੱਪਰ ਬੋਲਿਆ ਤੇ ਇਸ ਕਰਕੇ ਤੁਸੀਂ ਉਹ ਨੂੰ ਦੇਣੀ ਪਈ ਤੇ ਅਸੀਂ ਵੀ ਜਿਹੜੀ ਇੱਥੇ ਗੱਲ ਕਰਦੇ ਨੇ ਉਹ ਇੱਕ ਕਿਸਮ ਦਾ ਪ੍ਰੂਫ ਸਾਡੇ ਦਰਸ਼ਕਾਂ ਕੋਲੇ ਹੁੰਦਾ ਹਾਂਜੀ ਤੇ ਉਹ ਕਰਨਗੇ ਦੇਣੇ ਪੈਣਗੇ ਇਹਨਾਂ ਨੂੰ ਬਿਲਕੁਲ ਬਿਲਕੁਲ ਦੇ ਵਗਾ ਰਾਈਟ ਪਰ ਉਹ ਟਪੈਂਡ ਕਰਦਾ ਕਿ ਕਿੰਨੇ ਟਰੱਕ ਨੇ ਤੁਹਾਡੇ ਕੋ ਤੇ ਨਾਲੇ ਅਸੀਂ ਇੰਨਾ ਵੀ ਨਹੀਂ ਦੇ ਰਿਹਾ ਕਿਉਂਕਿ ਬਿਜ਼ਨਸ ਜੋ ਹੈਗਾ ਵੇ ਥੋੜਾ ਐਂਜਦਾ ਹੈਗਾ ਕਿ ਕੋਈ ਸਾਨੂੰ ਇੱਥੋਂ ਸੁਣ ਕੇ ਉਹ ਵੀ ਹੁਣ ਸ਼ੁਰੂ ਕਰ ਦੇਣ ਰਾਈਟ ਫਿਰ ਇਟਸ ਇਟਸ ਅ ਵੈਰੀ ਇੰਟਰਸਟਿੰਗ ਗੇਮ ਕਹਿੰਦੇ ਨੇ ਬਿਲਕੁਲ ਪਰ ਤੁਸੀਂ ਸਾਨੂੰ ਕਾਲ ਕਰੋ ਵੱਧ ਤੋਂ ਵੱਧ ਡਿਸਕਾਊਂਟ ਜਿਹੜਾ ਅਸੀਂ ਦੇ ਸਕਾਂਗੇ ਦੇਵਾਂਗੇ ਹੁਣ ਕਈ ਸੱਜਣ ਨੇ ਜਿਨ੍ਹਾਂ ਕੋਲ ਬੜੇ ਟਰੱਕ ਹੈਗੇ ਨੇ ਉਹਨਾਂ ਕੋਲ ਤੇ ਉਹਨਾਂ ਨੂੰ ਇੱਕ ਰੇਟ ਮਿਲ ਰਿਹਾ ਤੇ ਮੈਂ ਕਹਿੰਦਾ ਦੇਖੋ ਪਾਜੀ ਅਸੀਂ ਇਹ ਕਰ ਨਹੀਂ ਸਕਦੇ ਪਰ ਜਦੋਂ ਸਾਨੂੰ ਇਹ ਡਿਸਕਾਊਂਟ ਮਿਲ ਗਿਆ ਜਾਂ ਉਸ ਤੋਂ ਬਾਅਦ ਡਿਸਕਾਊਂਟ ਮਿਲ ਗਿਆ ਅਸੀਂ ਜਰੂਰ ਤੁਹਾਨੂੰ ਦੇਵਾ ਗਏ ਹੁਣ ਇੱਕ ਚੀਜ਼ ਅਸੀਂ ਥੋੜਾ ਜਿਹਾ ਇੱਕ ਚੀਜ਼ ਦਾ ਖਿਆਲ ਰਸੀਂ ਰੱਖੀ ਹੈ ਕਈ ਕਹਿੰਦੇ ਨੇ ਦੇਖੋ ਮੈਨੂੰ 44 ਸੈਂਸ ਪਰ ਗੈਲਨ ਮਿਲ ਰਹੇ ਨੇ ਜਾਂ 55 ਰਾਈਟ ਤੇ ਯੂਜੂਲੀ ਮੈਂ ਕਹਿੰਦਾ ਭਾਜੀ ਇਹ ਹੋ ਨਹੀਂ ਸਕਦਾ ਤੁਸੀਂ ਆਪਣਾ ਜਿਹੜਾ ਉਹ ਹੈਗਾ ਫਿਊਲ ਬਿਲ ਇਨਵੋਇਸ ਉਹ ਦਿਖਾਓ ਮੈਨੂੰ ਜਦੋਂ ਅਸੀਂ ਦੇਖਦੇ ਆ ਉਹਦੇ ਤੇ ਹੁੰਦਾ ਕੋਸਟ ਪਲੱਸ ਸਮਥਿੰਗ ਕੋਸਟ ਪਲੱਸ then cost us 20 ਜਿਹਦਾ ਮਤਲਬ ਹੈ ਕਿ ਇਸ ਫਿਊਲ ਸਟੇਸ਼ਨ ਤੋਂ ਤੁਹਾਨੂੰ 2 ਪੈਸੇ ਮਿਲਦੇ ਨੇ ਪਰ ਗੈਲਨ ਉਸ ਫਿਊਲ ਸਟੇਸ਼ਨ ਤੋਂ 40 ਪੈਸੇ ਮਿਲਦੇ ਹੋਣਗੇ ਪਰ ਗੈਲਨ ਪਰ ਜੇ ਤੁਸੀਂ ਆਪਣਾ ਬਿੱਲ ਦੇਖੋ ਜਿਹੜਾ ਜਿੱਥੇ ਤੁਹਾਡਾ ਰਾਊਟ ਹੈ ਤੁਹਾਡਾ ਕਿੰਨਾ ਨਿਕਲਦਾ ਆਮ ਤੌਰ ਤੇ ਲਗਭਗ 14 ਪੈਸੇ ਪਰ ਗੈਲਨ ਨਿਕਲ ਜਾਂਦਾ ਹੈ ਬਸ ਰਾਈਟ ਕਿਉਂ ਕਿ ਕਿਉਂਕਿ ਜਿੱਥੇ ਜ਼ਿਆਦਾ ਡਿਸਕਾਊਂਟ ਹੁੰਦਾ ਉੱਥੇ ਜਿਆਦਾ ਜਿਹੜੇ ਟਰੱਕਸ ਨੇ ਉੱਥੇ ਨਹੀਂ ਚੱਲਦੇ ਉਹ ਆਊਟ ਆਫ ਰਾਊਟ ਹੁੰਦਾ ਵੇ ਹੈਨਾ ਪਰ ਉਹ ਕਹਿ ਦਿੰਦੇ ਨੇ ਕਿ ਅਸੀਂ ਤੁਹਾਨੂੰ 44 ਸੈਂਟਸ ਪਰ ਗੈਲਨ ਦੇਦਾਗੇ ਕਹਿ ਦਿੰਦੇ ਆ ਕਹਿ ਦਿੰਦੇ ਨੇ ਹਾਂਜੀ ਮਿਲ ਜਾਏਗਾ ਪਰ ਤੁਹਾਨੂੰ ਦੂਰ ਜਾਣਾ ਪਏਗਾ ਅੱਛਾ ਅੱਛਾ ਪਰ ਇਹਦੇ 'ਚ ਵੀ ਇਹ ਗੱਲ ਹੋਏਗੀ ਜੀ ਜਿਵੇਂ ਅਸੀਂ ਗੱਲ ਕਰਦੇ ਹੁੰਦੇ ਵੀ ਜਿਹਦੇ ਘੱਟ ਟਰੱਕ ਆ ਉਹਨਾਂ ਨੂੰ ਥੋੜਾ ਜਿਹਾ ਘੱਟ ਡਿਸਕਾਊਂਟ ਮਿਲੇਗਾ ਜਿੰਨੇ ਵੱਡਾ ਟਰੱਕ ਨੇ ਵੱਧ ਮਿਲੇਗਾ ਜੀ ਪਰ ਫਿਰ ਵੀ ਅਸੀਂ ਇਹ ਮੰਨ ਕੇ ਚੱਲੀਏ ਆਪਾਂ ਇਹ ਨਹੀਂ ਵਾਦਾ ਨਹੀਂ ਕਰਦੇ ਵੀ ਇਹਨੇ ਤੱਕ ਹੋਊਗਾ ਮੈਕਸਿਮਮ ਟੂ ਮੈਕਸਿਮਮ ਡਿਸਕਾਊਂਟ ਕਿਸੇ ਕੰਪਨੀ ਨੂੰ ਜਾਂ ਕਿਸੇ ਟਰੱਕਾਂ ਵਾਲਿਆਂ ਨੂੰ ਤੁਹਾਡੀ ਕੰਪਨੀ ਨੂੰ ਕਿੰਨਾ ਕੁ ਮਿਲਿਆ ਫਿਊਲ ਦੇ ਵਿੱਚ ਆਹ ਮੈਕਸਿਮਮ ਤੋਂ ਮੈਕਸਿਮਮ ਦੇਖੋ 60 65 ਗੈਲਨ ਦੇ ਮਗਰ 65 ਸੈਂਟ ਪਰ ਗੈਲਨ ਵਾਹ ਜੀ ਬਾਕੀ ਤਾਂ ਬਹੁਤ ਫਰਕ ਪੈ ਗਿਆ ਔਰ ਕਿੰਨਾ ਟਰੱਕ ਦੇ ਵਿੱਚ ਤੱਕ ਨਹੀਂ ਕਾਫੀ ਗੈਲਨਾਂ ਪੈਂਦੀਆਂ ਬਿਲਕੁਲ ਬਿਲਕੁਲ ਅੱਛਾ ਇਹ ਸਿਰਫ ਟਰੱਕ ਵਾਲਿਆਂ ਵਾਸਤੇ ਹੀ ਹੈ ਕਿ ਟੈਕਸੀ ਟੁਕਸੀ ਵਾਲਿਆਂ ਵਾਸਤੇ ਵੀ ਹੈ ਇਹ ਐਕਚੁਅਲੀ ਟਰੱਕ ਟਰੱਕਾਂ ਵਾਲੇ ਲਈ ਹੈ ਕਿਉਂਕਿ ਉਹ ਹੈਗਾ ਡੀਜ਼ਲ ਫਿਊਲ ਹੈ ਨਾ ਡੀਜ਼ਲ ਤੇ ਤੁਸੀਂ ਆਪਣੇ ਟੈਕਸੀ ਵਿੱਚ ਨਹੀਂ ਪਾਓਗੇ ਤੁਸੀਂ ਅਨਲਿਟਡ ਪਾਓਗੇ ਨਾ ਸੋ ਹੈ ਐਕਚੁਅਲੀ ਡੀਜ਼ਲ ਦੇ ਲਈ ਪਰ ਇਹ ਕਾਰਡ ਤੇ ਤੁਸੀਂ ਡੀਜ਼ਲ ਵੀ ਪਾ ਸਕਦੇ ਹੋ ਡੈਫ ਵੀ ਪਾ ਸਕਦੇ ਹੋ ਸੋ ਕਈ ਚੀਜ਼ਾਂ ਹੈਗੀਆਂ ਨੇ ਜਿਹੜੀ ਹੈ ਟਰੱਕ ਟਰੱਕ ਦੇ ਵਿੱਚ ਚਾਹੀਦੀਆਂ ਹੁੰਦੀਆਂ ਨੇ ਤੇ ਉਹ ਇਸ ਕਾਰਡ ਉੱਤੇ ਯੂਜ਼ ਕਰ ਸਕਦੇ ਹੋ ਕਾਫੀ ਸੌਖਾ ਹੈ ਕਾਫੀ ਤੇ ਹੋਰ ਕਿਹੜੀ-ਕਿਹੜੀ ਸਰਵਿਸ ਹੈ ਜੀ ਭਾਵੇਂ ਅਸੀਂ ਦੇਖਿਆ ਸੀ ਤੁਹਾਡਾ ਤਾਂ ਇੱਕ ਤਾਂ ਚਲੋ ਟਰੱਕ ਸੇਲ ਦਾ ਬਹੁਤ ਵੱਡਾ ਕੰਮ ਹੈਗਾ ਤੇ ਸੈਕੰਡ ਜਿਹਦਾ ਵੀ ਜੇਕਰ ਚਲੋ ਇੱਥੇ ਤਾਂ ਕੋਈ ਉਹਦਾ ਮਤਲਬ ਨਹੀਂ ਬਣਦਾ ਬਾਲਾ ਫਿਰ ਵੀ ਕਰ ਸਕਦੇ ਆ ਕੈਂਪਸ ਦਾ ਅਰੀਨਾ ਬਹੁਤ ਵੱਡਾ ਹੈ ਉੱਥੇ ਬਹੁਤ ਵੱਡਾ ਉੱਥੇ ਬੜਾ ਸੌਕਰ ਦੀ ਗਰਾਊਂਡ ਹੀ ਵਿੱਚ ਬਣਾਈ ਹੋਈ ਹੈ ਬੜਾ ਵਧੀਆ ਲੱਗਿਆ ਉੱਥੇ ਜਾ ਕੇ ਹਾਂਜੀ ਹਾਂਜੀ ਦੋ ਤਿੰਨ ਰੈਸਟੋਰੈਂਟ ਨੇ ਉੱਥੇ ਪੂਰੇ ਰੈਸਟੋਰੈਂਟ ਕਈ ਫਲੋਰ ਦੇ ਵਿੱਚ ਉਹ ਵੀ ਬਹੁਤ ਵੱਡਾ ਪ੍ਰੋਜੈਕਟ ਹੈਗਾ ਤੁਹਾਡਾ ਕੈਂਪਸ ਦਾ ਬਿਲਕੁਲ ਤੇ ਅਸੀਂ ਜਿਹੜੇ ਟਰੱਕ ਨਾਲ ਰਿਲੇਟਡ ਜਿਹੜੇ ਨੇ ਹੋਰ ਕਿਹੜੇ ਕਿਹੜੇ ਹੈਗੇ ਨੇ ਤੁਹਾਡੇ ਕੋਲ ਦੇਖੋ ਟਰੱਕ ਲੀਸ ਟਰੱਕ ਜਿਹੜਾ ਹੈਗਾ ਟਰੱਕ ਸੇਲਸ ਟ੍ਰੇਲਰ ਲੀਸ ਵੀ ਹੈਗੇ ਨੇ ਠੀਕ ਹੁਣ ਤੇ ਤੁਸੀਂ ਫਿਊਲ ਦਾ ਵੀ ਕਰ ਦਿੱਤਾ ਫੈਕਟਰੀਂਗ ਦਾ ਵੀ ਅਸੀਂ ਗੱਲ ਕਰ ਲਈ ਹੈ ਤੇ ਇੰਸ਼ੋਰੈਂਸ ਉਹ ਵੀ ਹੈ ਸਾਡੇ ਕੋਲ ਹਾਂ ਇੰਸ਼ੋਰੈਂਸ ਆ ਸਭ ਤੋਂ ਵੱਡੀ ਗੱਲ ਅਸੀਂ ਐਡ ਦੇ ਵਿੱਚ ਕਰਦੇ ਮੈਂ ਵੀ ਅਸੀਂ ਕਰਿਆ ਹੋਇਆ ਵੀ 2000 ਤੋਂ 7000 ਤੱਕ ਪਰ ਟਰੱਕ ਤੁਸੀਂ ਬਚਾ ਸਕਦੇ ਹੋ ਚੰਗਾ ਸਰ ਤੇ ਉਹ ਵੀ ਜ਼ਿਕਰ ਕਰਨਾ ਬਣਦਾ ਜੀ ਸਾਡਾ ਹਰ ਵੇਲੇ ਹਾਂ ਜੀ ਬਿਲਕੁਲ ਹੁਣ ਜਿਹੜਾ ਇੰਸ਼ੋਰੈਂਸ ਹੈਗਾ ਵੇ ਇਹ ਤੇ ਇੰਸ਼ੋਰੈਂਸ ਤੇ ਫਿਊਲ ਤੇ ਚਾਹੀਦਾ ਹੀ ਚਾਹੀਦਾ ਹੁੰਦਾ ਵੇ ਉਸ ਤੋਂ ਬਿਨਾਂ ਤੁਸੀਂ ਟਰੱਕ ਚਲਾ ਹੀ ਨਹੀਂ ਸਕਦੇ ਰਾਈਟ ਤੇ ਇੰਸ਼ੋਰੈਂਸ ਇੱਥੇ ਬਹੁਤ ਮਹਿੰਗਾ ਹੈ ਕੈਲੀਫੋਰਨੀਆ ਚ ਤੇ ਬਹੁਤ ਮਹਿੰਗਾ ਪਰ ਜੇ ਤੁਸੀਂ ਪੂਰੀ ਯੂ ਐਸ ਦੇ ਵਿੱਚ ਦੇਖੋ ਮਹਿੰਗਾ ਹੈ ਹੁਣ ਸਾਡੇ ਇੱਕ ਵੀਰ ਨੂੰ ਮਿਲਿਆ ਸੀਗਾ 30 3000 ਤੋਂ ਜ਼ਿਆਦਾ ਇੱਕ ਟਰੱਕ ਦਾ ਅੱਛਾ ਜੀ ਯਾ ਬਹੁਤ ਮਹਿੰਗਾ ਆ ਇੱਥੇ ਕੈਲੀਫੋਰਨੀਆ ਦੇ ਵਿੱਚ ਫਿਊਲ ਵੀ ਮਹਿੰਗਾ ਜੀ ਗੈਸ ਪਹਿੰਗੀ ਇਹ ਸਾਰਾ ਕੁਝ ਹਾਂਜੀ ਤੇ ਉਹ ਤੇ ਮੈਨੂੰ ਹੁਣੇ ਹੀ ਪਤਾ ਲੱਗਿਆ ਕਿੰਨਾ ਮਹਿੰਗਾ ਹੋ ਗਿਆ ਕੋਈ ਤੇ ਆ ਕੇ ਪਤਾ ਲੱਗਦਾ ਤਾਂ ਬਹੁਤ ਫਰਕ ਆਇਆਗਾ ਹਾਂਜੀ ਸੋ ਦੋਨਾਂ ਤੁਸੀਂ ਅਸੀਂ ਇੰਸ਼ੋਰੈਂਸ ਦੀ ਗੱਲ ਕੰਟੀਨਿਊ ਰੱਖਾਂਗੇ ਦੋਨੋਂ ਚੀਜ਼ਾਂ ਤੁਹਾਡੇ ਕੋਲ ਹੈਗੀਆਂ ਫਿਊਲ ਡਿਸਕਾਊਂਟ ਵੀ ਤੇ ਇੰਸ਼ੋਰੈਂਸ ਵੀ ਇੰਸ਼ੋਰੈਂਸ ਦੀ ਗੱਲ ਤੁਸੀਂ ਕਰ ਰਹੇ ਸੀ ਹਾਂਜੀ ਇੰਸ਼ੋਰੈਂਸ ਦਾ ਜਿਹੜਾ ਹੈਗਾ ਸਾਡੇ ਕੋਲ ਇੱਕ ਸਪੈਸ਼ਲ ਪ੍ਰੋਗਰਾਮ ਹੈ ਜਿੰਨੂੰ ਅਸੀਂ ਕਹਿੰਦੇ ਆ ਆਰ ਆਰ ਜੀ ਰਿਸਕ ਰੀਟੈਂਸ਼ਨ ਗਰੁੱਪ ਹੁਣ ਇੱਥੇ ਵੀ ਦੋ ਤਿੰਨ ਕੰਪਨੀ ਹੈਗੀਆਂ ਨੇ ਜੋ ਰ ਪਰ ਇੰਸ਼ੋਰੈਂਸ ਅਸੀਂ ਇਧਰੋਂ ਲੈਣਾ ਵੇ ਫਿਰ ਫੈਕਟਰੀਂਗ ਉਧਰੋਂ ਲੋਗੇ ਫਿਰ ਫਿਊਲ ਇਸ ਤੀਜੇ ਬੰਦੇ ਤੇ ਲੋਗੇ ਅਸੀਂ ਸਾਰਾ ਇਕੱਠਾ ਕਰਕੇ ਜੇ ਤੁਸੀਂ ਇੰਸ਼ੋਰੈਂਸ ਵੀ ਸਾਡੇ ਨਾਲ ਲਿੱਤੀ ਫਿਰ ਜਿਹੜੇ ਦੂਜੇ ਉਹ ਹੈਗੇ ਨੇ ਅਸੀਂ ਉਹਨਾਂ ਦੇ ਉੱਤੇ ਵੀ ਡਿਸਕਾਊਂਟ ਮਾਰ ਦਿੰਦੇ ਆ ਨਾ ਜਿੰਨਾ ਤੁਸੀਂ ਜ਼ਿਆਦਾ ਸਾਡੇ ਤੋਂ ਕਰੋਗੇ ਬਿਜ਼ਨਸ ਨਾਲ ਕਰੋਗੇ ਉਹਨਾਂ ਨੂੰ ਤੁਹਾਨੂੰ ਜ਼ਿਆਦਾ ਹੀ ਡਿਸਕਾਊਂਟ ਮਿਲਦਾ ਹੀ ਜਾਏਗਾ ਜੀ ਮਤਲਬ ਇਹ ਆ ਵੀ ਜੇ ਕੋਈ ਫਿਊਲ ਡਿਸਕਾਊਂਟ ਵੀ ਕਰਦਾ ਥੋੜਾ ਫਸ ਦਾ ਵੀ ਕਰਦਾ ਫੈਕਟਰੀ ਵੀ ਕਰਦਾ ਹਾਂਜੀ ਤੇ ਉਹ ਇੱਕ ਬੰਦੇ ਨੂੰ ਹੀ ਜਿੱਥੇ ਇੱਕ ਫਾਇਦਾ ਹੋਣਾ ਤਿੰਨ ਜਗ੍ਹਾ ਤੋਂ ਵੱਖ-ਵੱਖ ਤਰੀਕੇ ਦਾ ਫਾਇਦਾ ਬਹੁਤ ਵੱਡਾ ਹੋ ਸਕਦਾ। ਬਿਲਕੁਲ ਬਹੁਤ ਬਹੁਤ ਵੱਡਾ ਫਾਇਦਾ ਹੁੰਦਾ ਹੈ। ਜੀ ਤੇ ਕੰਪਾਸ ਦੀ ਅਸੀਂ ਗੱਲ ਕਰੀਏ ਜੀ ਕੰਪਾਸ ਫੰਡਿੰਗ ਦੀ ਗੱਲ ਕਰੀਏ ਕੰਪਾਸ ਟਰਕਿੰਗ ਦੀ ਜਾਂ ਸੇਲਜ਼ ਦੀ ਕੋ ਆਪਾਂ ਟ੍ਰੇਡਰ ਦੀ ਗੱਲ ਨਹੀਂ ਕਰ ਰਹੇ। ਹਾਂਜੀ। ਇਹ ਕੰਪਾਸ ਫੰਡਿੰਗ ਜਿਹੜਾ ਉਹ ਤੁਹਾਡਾ ਕਿੰਨੀ ਦੇਰ ਤੋਂ ਕੰਪਨੀ ਕਿੰਨੀ ਪੁਰਾਣੀ ਹੈ? ਦੇਖੋ ਹੁਣ ਤੇ 20 ਸਾਲ ਤੋਂ ਉੱਤੇ ਹੋ ਗਿਆ ਵੇ। 22 ਸਾਲ ਕਹੋ ਹਾਂਜੀ। ਸੋ ਕੋਈ ਲਗਭਗ 22 ਸਾਲ ਦੇ ਉਹ ਜੀ। ਯਾ ਸੋ ਸਾਡੀ ਜਿਹੜੀ ਐਕਸਪਰਟਿਸ ਹੈ ਰਾਈਟ ਫੈਕਟਰੀਂਗ ਦੇ ਵਿੱਚ ਫਿਊਲ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੈਗੀ ਹੈ। ਰਾਈ ਚੁੱਪ-ਚੁਪਾ ਕੇ ਗੱਲ ਨਹੀਂ ਕਰਾਗੇ ਜੀ ਰਾਈਟ ਕਈ ਕੰਪਨੀਆਂ ਕਿਨੇ ਜੋ ਬਸ ਤੁਹਾਡਾ ਬਿਜ਼ਨਸ ਲੈਣਾ ਚਾਹੁੰਦੇ ਨੇ ਅਸੀਂ ਤੁਹਾਡਾ ਬਿਜ਼ਨਸ ਨੂੰ ਕਬਜ਼ਾ ਨਹੀਂ ਕਰਨਾ ਚਾਹੁੰਦੇ ਰਾਈਟ ਅਸੀਂ ਤੁਹਾਨੂੰ ਹੈਲਪ ਕਰਨਾ ਚਾਹੁੰਦੇ ਆ ਤੇ ਕਈ ਚੀਜ਼ਾਂ ਥੋੜੀ ਜਿਹੀ ਕੋੜੀਆਂ ਵੀ ਲੱਗਣਗੀਆਂ ਹੁੰਦਾ ਵੇ ਭਾਜੀ ਦੇਖੋ ਤੁਹਾਡਾ ਜਿਹੜਾ ਕ੍ਰੈਡਿਟ ਹੈ ਥੋੜਾ ਜਿਹਾ ਲੋ ਹੈਗਾ ਵੇ ਰਾਈਟ ਤੇ ਬਟ ਜੋ ਚੀਜ਼ਾਂ ਹੈਗੇ ਨੇ ਉਹ ਸੱਚ-ਸੱਚ ਅਸੀਂ ਟੇਬਲ ਤੇ ਰੱਖ ਦਿੰਦੇ ਆ ਕਿ ਇਸ ਲਈ ਤੁਹਾਨੂੰ ਏ ਰੇਟ ਮਿਲ ਸਕਦਾ ਵੇ ਪਰ ਜੇ ਤੁਸੀਂ ਇੰਨੇ ਟਰੱਕ ਲਵੋਗੇ ਜਾਂ ਤੁਸੀਂ ਆਪਣਾ ਜਿਹੜਾ ਕ੍ਰੈਡਿਟ ਥੋੜਾ ਜਿਹਾ ਠੀਕ ਕਰ ਲੋਗੇ ਉਹਦੀ ਅਸੀਂ ਮਦਦ ਕਰ ਸਕਦੇ ਆ ਤੇ ਤੁਹਾਨੂੰ ਏ ਮਿਲ ਜਾਏਗਾ ਕਿਉਂਕਿ ਐਂਡ ਆਫ ਦਾ ਗੇਮ ਹੈ ਵੇ ਕਿ ਵੀ ਆਰ ਨਾਟ ਜਸ ਲੁਕਿੰਗ ਟੂ ਗੈਟ ਯੂ ਗੈਟ ਬਿਜ਼ਨਸ ਐਂਡ ਗੈਟ ਮਨੀ ਕਿਉਂਕਿ ਜੇ ਤੁਹਾਡੀ ਕੰਪਨੀ ਸਕਸੈਸਫੁਲ ਨਾ ਰਹੀ ਫਿਰ ਸਾਡਾ ਬਿਜ਼ਨਸ ਵੀ ਸਕਸੈਸਫੁਲ ਨਹੀਂ ਰਹਾ ਬਿਲਕੁਲ ਸੋ ਅਸੀਂ ਉਹ ਕਰਦੇ ਆ ਕਿ ਟੈਗ ਕਰ ਦਿੰਦੇ ਆ ਜਿਵੇਂ ਪੈਰਲਲ ਹੁੰਦਾ ਵੇ ਜਿੰਨਾ ਤੁਸੀਂ ਵੱਧੇ ਜਾਓ ਉਹਨਾਂ ਸੀ ਫਿਰ ਵੱਧਾ ਗਏ ਬਿਲਕੁਲ ਬਹੁਤ ਵਧੀਆ ਜੀ ਤੇ ਅਖੀਰ ਦੇ ਵਿੱਚ ਸਾਡੇ ਦਰਸ਼ਕ ਜਰੂਰ ਜਾਣਨਾ ਚਾਹਣਗੇ ਜੀ ਅਸੀਂ ਜਿਵੇਂ ਇਲਿਨੋਇਸ ਦੀ ਗੱਲ ਕਰੀ ਸੀ ਤੁਹਾਡੇ ਹੈਡ ਆਫਸ ਉੱਥੇ ਆ ਹਾਂਜੀ ਬਹੁਤ ਆਲੀਸ਼ਾਨ ਹੈਡ ਆਫਸ ਆਸੀਂ ਨਾਲ-ਨਾਲ ਵਿੱਚ ਦਿਖਾਵਾਂਗੇ ਵੀ ਅਗਲੇ ਪ੍ਰੋਗਰਾਮਾਂ ਦੇ ਵਿੱਚ ਨਾਲ-ਨਾਲ ਦਿਖਾਈ ਚੱਲਣਗੇ ਤੇ ਤੇ ਹੋਰ ਕਿੱਥੇ ਕਿੱਥੇ ਤੁਹਾਡੇ ਆਫਿਸ ਹੈ ਕਿੰਨੇ ਜਿੱਥੇ ਲੋਕ ਅਗਰ ਵਿਜ਼ਿਟ ਕਰਨਾ ਚਾਹਣ ਕਰ ਸਕਦੇ ਹਾਂਜੀ ਸਰ ਇੱਥੇ ਬਲੂਮਿੰਗਟਨ ਵਿੱਚ ਵੀ ਹੈ ਕਿਨੇ ਕੈਲੀਫੋਰਨੀਆ ਜੀ ਮਿਸ਼ੀਗਨ ਵਿੱਚ ਵੀ ਹੈ ਕਿੰਟੱਕੀ ਵਿੱਚ ਵੀ ਟੈਨੇਸੀ ਵਿੱਚ ਵੀ ਫਲੋਰੀਡਾ ਐਟਲੰਟਾ ਅ ਮਿਸ਼ੀਗਨ ਤੇ ਮੈਂ ਕਿਹਾ ਯਾਰ ਪਰ ਹਰ ਜਗ੍ਹਾ ਤੇ ਹੈਗੇ ਨੇ ਤੇ ਹੋਰ ਅਸੀਂ ਇੱਥੇ ਵੀ ਤੁਹਾਡੇ ਕੈਲੀਫੋਰਨੀਆ ਦੇ ਵਿੱਚ ਫਰੈਜ਼ਨ ਹੋ ਕੇ ਇੱਥੇ ਫਰੈਜ਼ਨ ਹੋ ਚ ਨਹੀਂ ਫਰੈਜ਼ਨ ਹੋ ਚ ਸੀ ਐਕਚੁਅਲੀ ਦੇਖ ਰਹੇ ਪਿਆ ਅੱਛਾ ਉੱਥੇ ਵੀ ਦਫਤਰ ਲੱਗਾ ਕੋਈ ਉਹ ਨਹੀਂ ਹੈ ਪਰ ਹਾਲੇ ਤੇ ਬਲੂਮਿੰਗਟਨ ਕੈਲੀਫੋਰਨੀਆ ਚ ਐਲ ਦੇ ਹਲੇ ਦੁਆਲੇ ਹੈ ਜੀ ਹਾਂ ਜੀ ਚਲੋ ਬਹੁਤ ਚੰਗੀ ਗੱਲ ਹੈ ਜੀ ਬਹੁਤ ਮਿਹਰਬਾਨੀ ਤੁਹਾਡੀ ਬਹੁਤ ਵਧੀਆ ਗੱਲਬਾਤ ਬਹੁਤ ਵਧੀਆ ਐਂ ਤਾਂ ਭਾਵੇਂ ਆਪਾਂ 4 ਘੰਟੇ ਗੱਲ ਕਰਦੇ ਰਹੀਏ ਬੇਕਰ ਚਲੀ ਜਾਣੀਆਂ ਗੱਲਾਂ ਪਰ ਅਸੀਂ ਸਮੇ ਟੂ ਸਮੇ ਜ਼ਰੂਰ ਇਹਨਾਂ ਨਾਲ ਗੱਲ ਕਰਕੇ ਬਹੁਤ ਵਕ ਵਕ ਜਾਣਕਾਰੀ ਜਿਹੜੀ ਆ ਤੁਹਾ ਤੇ ਕਰਦੇ ਰਵਾਂਗੇ ਅੱਜ ਲਈ ਇੰਨਾ ਹੀ ਕਾਫੀ ਸਾਰਿਆਂ ਦਾ ਕਰਨ ਵਿੱਚ ਬਿਠੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੇ ਦਿਵਿੰਦਰ ਸਿੰਘ ਜੀ ਤੁਹਾਡਾ ਬਹੁਤ-ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ